خالص فندی آن نقشان دی خاطر بیمی سبیل مہان سکت رائے دند میں پکسال دے چوت میں گوپی کتنی کرنی دے پورے سورے سور پیر ماہ بلی جو دے آن شہید سنت گیانی جرنائر سنگی خالصہ پر راوائے ماہ کو تکا ہمان دی خواہی بے سمو شہیدانے تہندی خاطر مہان شہیدیاں دے دیا انہا سمو شہیدانی یاد بھی چاپن گھر کر کے بیٹھے ہاں ڈتھے دے سنگا تو بہت پریم شرط پاونا نال آپ جی نے گربانی کا بہت ہی منوہر رس پنا کیرتن سرون کیتا ہے من دی برتی نو اکاگر کر کے ستگراں دے گر اتہاس کی کتھا آپ سنگتا سرون کرو ہجور نے بھگتاں بانی تک شری گرو گرنتھ صاحب سچے پاتشاہ جی کی بانی کی سمپورنتا کیتی ہے ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਸਥਾਨ ਉੱਤੇ ਭਾਈ ਗੁਰਦਾਸ ਜੀ ਨੂੰ ਨਕਾਰੀ ਲਾ ਕੇ ਸਤਿਗੁਰਾਂ ਨੇ ਸ੍ਰੀ ਜਪਜੀ ਸਾਹਿਬ ਜੀ ਤੋਂ ਲੈ ਕੇ ਜੈ ਜਗਵੰਤੀ ਰਾਗ ਵਾਹਿਗੁਰੂ ਪ੍ਰਭਾਤੀ ਰਾਗ ਜੈ ਜਗਵੰਤੀ ਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਬਾਅਦ ਵਿੱਚ ਦਸਮ ਪਿਤਾ ਜੀ ਨੇ ਤਖ਼ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੱਢ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕੇ ਉਸ ਰੂਪ ਲਿਖਵਾਏ ਉਹਨਾਂ ਵਿੱਚ ਸੰਪੂਰਨ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਿਲ ਕੀਤੀ ਸੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਪ੍ਰਭਾਤੀ ਰਾਗ ਤੋਂ ਅੱਗੇ ਪਹਿਲੇ ਪਾਤਸ਼ਾਹ ਜੀ ਦੀ ਸਹਿਸ ਕਰਤੀ ਆਪਣੀ ਬਾਣੀ ਸੰਤ ਸਹਿਸ ਕਰਤੀ ਗਾਥਾ ਸੁਣੇ ਚੌ ਬੋਲੇ ਕਬੀਰ ਸਾਹਿਬ ਫਰੀਦ ਸਾਹਿਬ ਜੀ ਦੇ ਸਲੋਕ ਤਾਕਤ ਬਾਣੀ ਹੁਣ ਤੱਕ ਸਤਿਗੁਰੂ ਜੀ ਲਿਖਵਾ ਚੁੱਕੇ ਹਨ। ਅੱਗੇ ਹੁਣ ਜੋ ਸਵਈਆਂ ਦੀ ਬਾਣੀ ਆਰੰਭ ਹੋ ਰਹੀ ਹੈ ਜਿਨ੍ਹਾਂ ਨੂੰ ਭੱਟਾਂ ਦੇ ਸਵਈਏ ਕਿਹਾ ਜਾਂਦਾ ਹੈ, ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਸਵਈਏ ਮਹੱਲੇ ਪੰਜਵੇਂ ਕੇ। ਇਹ ਬਾਣੀ ਸਤਿਗੁਰੂ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾਉਣ ਲੱਗੇ ਹਨ। ਔਰ ਜਿਹੜੇ 17 ਭੱਟ ਹੈ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਵੇਂ ਆ ਕੇ ਬੇਨਤੀ ਕਰ ਰਹੇ ਹਨ ਉਹ ਕਥਾ ਸੰਤ ਜੀ ਪ੍ਰਾਰੰਭ ਹੋ ਰਹੀ ਹੈ। ਆਪ ਸੰਤਾਂ ਮਨ ਬਿਰਤੀ ਨੂੰ ਅਕਾਦਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਭਗਤ ਵਿਰਾਜਤ ਨਿਕਟ ਗੁਰ ਸਾਧ ਸੰਗ ਜੀ ਪੰਦਰਾਂ ਭਗਤ ਸਤਿਗੁਰਾਂ ਦੇ ਆਲੇ ਦੁਆਲੇ ਬੜੇ ਸੋਭਨੀਕ ਹੋ ਰਹੇ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਖੁੱਲ ਚੁੱਕੀ ਹੈ, ਜਿਨ੍ਹਾਂ ਦੀ ਦ੍ਰਿਸ਼ਟੀ ਨੂੰ ਸਾਕਸ਼ਾਤਕਾਰ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਤਾਂ ਉਹਨਾਂ ਭਗਤਾਂ ਦੀਆਂ ਪਵਿੱਤਰ ਰੂਹਾਂ ਦੇ ਦਰਸ਼ਨ ਹੁੰਦੇ ਹੈ ਪਰ ਇਸ ਸਰੀਰ ਨੂੰ ਦਰਸ਼ਨ ਨਹੀਂ ਹੋ ਰਹੇ ਹਨ। ਪਰ ਇਹ ਸਾਰੇ ਭਗਤ ਸਤਿਗੁਰੂ ਜੀ ਦੇ ਨੇੜੇ ਹੀ ਧੰਨ ਗੁਰੂ ਅਰਜਨ ਦੇਵ ਜੀ ਦੇ ਇਰਦ ਗਿਰਦ ਚੌਂਕੜੇ ਮਾਰ ਕੇ ਸਜੇ ਹੋਏ ਹਨ, ਭਾਈ ਗੁਰਦਾਸ ਜੀ ਨੂੰ ਦਰਸ਼ਨ ਹੋ ਰਹੇ ਹਨ। ਇਸ ਤਰ੍ਹਾਂ ਇਹ ਸਮੂਹ ਭਗਤ ਸਤਿਗੁਰਾਂ ਦੇ ਨੇੜੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੁਭਾਈਮਾਨ ਹੋ ਕੇ ਬੈਠੇ ਦਰਸ਼ਨ ਤੇ ਸੁਖ ਪਾਏ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਦਰਸ਼ਨ ਕਰਕੇ ਬਹੁਤ ਆਨੰਦ, ਬਹੁਤ ਸ਼ਾਂਤੀ, ਬਹੁਤਾ ਸੁਖ ਪ੍ਰਾਪਤ ਕਰ ਰਹੇ ਹਨ। ਮਨਾ ਸ਼ਾਂਤ ਚਿੱਤ ਸ਼ਿਵ ਕਰਿਓ, ਮਾਨੋ ਕਹਿੰਦੇ ਭਗਵਾਨ ਸ਼ਿਵ ਹੀ ਸ਼ਾਂਤ ਸਰੂਪ ਹੋ ਕਰਕੇ ਕੈਲਾਸ਼ਪੁਰੀ ਦੇ ਅੰਦਰ ਬੜੇ ਆਨੰਦ ਵਿੱਚ ਬੈਠੇ ਹਨ। ਜਮਨ ਸਮੁਦਾਏ ਚਾਰੇ ਪਾਸੇ ਉਹਨਾਂ ਦੇ ਮੁਨੀਆਂ ਦੀ ਸਭਾ ਲੱਗੀ ਹੋਈ ਹੈ, ਆਪ ਵਿਚਕਾਰ ਬੈਠੇ ਹਨ। ਭਾਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸ਼ੋਭਾ ਪਰੇ ਤੋਂ ਪਰੇ ਅਬਿਅੰਤ ਤੋਂ ਬੇਅੰਤ ਹੈ ਕਿ ਜਿਵੇਂ ਮੈਨੂੰ ਮੁਨੀਆਂ ਵਿੱਚ ਬੈਠੇ ਸ਼ਿਵ ਦਰਸ਼ਨ ਦੇ ਕੇ ਸ਼ੋਭਾ ਦਿੰਦੇ ਹੈ, ਕਲਯੁਗ ਦੇ ਅੰਦਰ ਸਤਿਗੁਰੂ
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਆਰਬ੍ਰਹਮ ਦਾ ਰੂਪ ਨਿਰੰਕਾਰ ਦਾ ਅਵਤਾਰ ਸਤਿਗੁਰੂ ਜੀ ਸੰਤਾਂ ਨੂੰ ਭਗਤਾਂ ਨੂੰ ਦਰਸ਼ਨ ਦੇ ਰਹੇ ਹਨ। ਮੁਨੀਆਂ ਦੀ ਤਰ੍ਹਾਂ ਸਾਰੇ ਭਗਤ ਸਤਿਗੁਰਾਂ ਦੇ ਇਰਦ ਗਿਰਦ ਬੈਠੇ ਹੋਏ ਬੜੀ ਸ਼ਾਂਤੀ ਦੇ ਨਾਲ ਆਨੰਦ ਨਾਲ ਸੁੱਖ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਆਨੰਦ ਲੈ ਰਹੇ ਹਨ। ਸਵਈਆ ਸੰਗ ਮਨੋ ਗਿਆਨ ਵਿੱਚ ਤਨ ਧਰ ਬੈਠੇ ਹੋ। ਮਨੋ ਕਹਿੰਦੇ ਜਿਹੜਾ ਗਿਆਨ ਹੈ ਜਿਹਨੂੰ ਬ੍ਰਹਮ ਗਿਆਨ ਕਹਿ ਲਓ, ਗਿਆਨ ਸਰੂਪ ਪਰਮੇਸ਼ਰ ਕਹਿ ਲਓ, ਇੱਕੋ ਹੀ ਗੱਲ ਹੈ। ਉਹ ਵਾਹਿਗੁਰੂ ਪਰਮੇਸ਼ਰ ਗਿਆਨ ਸਰੂਪ ਆਪ ਹੀ ਮਨੁੱਖਾ ਤਨ ਧਾਰ ਕੇ ਇੱਥੇ ਬੈਠਾ ਹੈ। ਸ੍ਰੀ ਰਾਮ ਸਰ ਸਾਹਿਬ ਜੀ ਦੀ ਧਰਤੀ ਤੇ ਸਜ ਰਹੇ ਹਨ। ਸਤਿਗੁਣ ਨਿਕਟ ਭਗਤ ਇਸ ਭਾਏ। ਜਿਹੜੇ ਸਤਿਗੁਣ ਹੈ, ਸ਼ੁਭ ਗੁਣ ਹੈ, ਬ੍ਰਹਮ ਗਿਆਨ ਦੇ ਇਰਦ ਗਿਰਦ ਸਤਿਗੁਣਾਂ ਦਾ, ਸ਼ੁਭ ਗੁਣਾਂ ਦਾ ਨਿਵਾਸ ਹੁੰਦਾ ਹੈ। ਸਤਸੰਤੋਖ ਦਇਆ ਧਰਮ ਧੀਰਜ ਆਦਿਕ ਜਿਹੜੇ ਸਤਿਗੁਣ ਸ੍ਰੇਸ਼ਟ ਪਵਿੱਤਰ ਸ਼ੁਭ ਗੁਣ ਹਨ, ਇਹ ਇਸ ਤਰ੍ਹਾਂ ਇਰਦ ਗਿਰਦ ਬੈਠੇ ਹਨ। ਭਾਵ ਜਿੰਨੇ ਵੀ ਭਗਤ ਇਸ ਤਰ੍ਹਾਂ ਸੋਭਦੇ ਹੈ, ਬੜਾ ਸੁੰਦਰ ਭਾਈ ਸਾਹਿਬ ਜੀ ਨੇ ਉਪਮਾ ਦਿੱਤੀ ਹੈ ਸਤਿਗੁਰਾਂ ਦੀ ਮਹਿਮਾ ਵਾਸਤੇ। ਸ੍ਰੀ ਅਰਜਨ ਦਰਸ਼ਨ ਜਾਨੀ ਅੰਮ੍ਰਿਤ। ਵਾਹਿਗੁਰੂ ਅਰਜਨ ਦੇਵ ਜੀ ਦੇ ਜਿਹੜੇ ਦਰਸ਼ਨ ਹਨ ਉਹ ਅੰਮ੍ਰਿਤ ਦੀ ਤਰ੍ਹਾਂ ਹਨ ਸਤਸੰਗ ਦੀ ਦਾਸਾਂ ਵਾਸਤੇ। ਫੁੱਟਣ ਬਿਲੋਚਨ ਪੀਪਤ ਜਾਏ। ਔਰ ਜਿਹੜੇ ਨੇਤਰਾਂ ਰੂਪ ਡੂੰਘੇ ਹੈ ਨਾ ਡੂੰਘੇ, ਇਹ ਦਰਸ਼ਨ ਕਰਨ ਰੂਪ ਜੋ ਸਤਿਗੁਰੂ ਜੀ ਦੇ ਦਰਸ਼ਨ ਹੈ ਇਹ ਅੰਮ੍ਰਿਤ ਦੀ ਤਰ੍ਹਾਂ ਹਨ, ਤੇ ਜਿਹੜੇ ਨੇਤਰ ਹੈ ਡੂੰਘਿਆਂ ਦੀ ਤਰ੍ਹਾਂ ਹਨ। ਦਰਸ਼ਨ ਕਰ ਕਰਕੇ ਨੇਤਰਾਂ ਰੂਪ ਡੂੰਘਿਆਂ ਦੇ ਨਾਲ ਦਰਸ਼ਨਾਂ ਦੇ ਅੰਮ੍ਰਿਤ ਨੂੰ ਭਾਵ ਦਰਸ਼ਨ ਰੂਪ ਅੰਮ੍ਰਿਤ ਨੂੰ ਪੀ ਪੀ ਕੇ ਇਹ ਸਾਰੇ ਭਗਤ ਤ੍ਰਿਪਤ ਹੋ ਰਹੇ ਹਨ, ਸ਼ਾਂਤ ਹੋ ਰਹੇ ਹਨ, ਆਨੰਦ ਲੈ ਰਹੇ ਹਨ। ਐਸਾ ਅੰਮ੍ਰਿਤ ਦਰਸ਼ਨਾਂ ਦਾ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਹੈ। ਬਹੁਤੇ ਪ੍ਰੇਮ ਨਾਲ ਇਰਦ ਗਿਰਦ ਬੈਠੇ ਆ, ਪਰ ਇਹਨਾਂ ਨੂੰ ਰੱਜ ਨਹੀਂ ਆਉਂਦਾ, ਤ੍ਰਿਪਤੀ ਨਹੀਂ ਆ ਰਹੀ। ਬਾਰ ਬਾਰ ਹੋਰ ਦਰਸ਼ਨਾਂ ਦੀ ਭੁੱਖ ਮਨ ਵਿੱਚ ਵਧੀ ਜਾਂਦੀ ਹੈ। ਸੁਣੈ ਬਚਨ ਤਿਉ ਤਿਉ ਹਰ ਕਾਇ। ਜਿਵੇਂ ਜਿਵੇਂ ਸਤਿਗੁਰਾਂ ਤੋਂ ਅੰਮ੍ਰਿਤ ਬਾਣੀ ਦੇ ਬਚਨ ਸੁਣਦੇ ਹੈ, ਉਵੇਂ ਉਵੇਂ ਇਹਨਾਂ ਦਾ ਮਨ ਬਹੁਤ ਹੀ ਪ੍ਰਸੰਨ ਹੋਈ ਜਾਂਦਾ ਹੈ। ਮਹਾ ਸੁਸ਼ੀਲ ਪ੍ਰੇਮ ਪਰ ਪੂਰਨ। ਮਾਨੋ ਮਹਾ ਸੁਸ਼ੀਲ ਬਹੁਤ ਹੀ ਸੁਸ਼ੀਲ ਭਾਵ ਸ਼ਾਂਤ ਸਰੂਪ ਔਰ ਪ੍ਰੇਮ ਕਰਕੇ ਭਰਿਆ ਹੋਇਆ ਸਰੂਪ ਹੈ ਸਤਿਗੁਰਾਂ ਦਾ। ਰੱਬ ਸਿਮਰਨ ਉਪਦੇਸ਼ ਦਿੱਤਾ। ਐਸੇ ਪ੍ਰਭੂ ਦੀ ਸਿਮਰਨ ਦਾ ਉਪਦੇਸ਼ ਸਾਰਿਆਂ ਨੂੰ ਦੇ ਰਹੇ ਹੈ। ਭਾਈ ਉਸ ਵਾਹਿਗੁਰੂ ਦਾ ਸਿਮਰਨ ਕਰੋ, ਦਾ ਨਾਮ ਜਪੋ। ਲਗਿਓ ਸਮਾ ਤਬ ਪਿਤਾ ਭਗਤ ਹੋਏ। ਜਿਉਂ ਕਹਿ ਲਓ ਕਿ ਜਿਹੜਾ ਪ੍ਰਭੂ ਦਾ ਸਿਮਰਨ ਹੈ ਉਸ ਸਿਮਰਨ ਵਿੱਚੋਂ ਹੀ ਬਹੁਤ ਵੱਡੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਔਰ ਪ੍ਰੇਮ ਨਾਲ ਸਿਮਰਨ ਕੀਤਿਆਂ ਵੱਡੇ ਤੋਂ ਵੱਡੇ ਦਾ ਹਿਰਦਾ ਵੀ ਤਪਿਆ ਹੋਇਆ ਮਹਾਨ ਸ਼ੀਤਲਤਾ ਨੂੰ, ਵੱਡੀ ਸ਼ਾਂਤੀ ਨੂੰ ਭਾਈ ਪ੍ਰਾਪਤ ਕਰ ਲੈਂਦਾ। ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ। ਇਉਂ ਜਦੋਂ ਸਮਾਂ ਵੇਖਿਆ ਭਗਤਾਂ ਨੇ ਕਿ ਸਾਡੇ ਰੂਪ ਹੋਣ ਦਾ ਜਾਣ ਦਾ ਸਮਾਂ ਹੈ, ਆਪਣੇ ਆਪਣੇ ਥਾਨ ਪਿਆਨ, ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੀਆਂ ਆਪਣੀਆਂ ਮੰਡਲ ਪੁਨੀਆਂ ਸਖਣ ਦੀਆਂ ਪੁਨੀਆਂ ਜਿੱਥੇ ਜਿੱਥੇ ਭਗਤਾਂ ਦਾ ਨਿਵਾਸ ਹੈ ਉੱਥੇ ਉੱਥੇ ਨੂੰ ਭਗਤ ਅਲੋਪ ਹੋ ਕੇ ਗੁਪਤ ਹੋ ਗਏ ਹੈ, ਭਾਵ ਅੰਤਰ ਧਿਆਨ ਹੋ ਕੇ ਚਲੇ ਗਏ ਹਨ। ਹੁਣ ਆਏ ਸਭ ਵੇਦ ਦੇਹ ਧਾਰ। ਫਿਰ ਸਾਧ ਸੰਗਤ ਦੇ ਚਾਰੇ ਵੇਦ ਜਿਹੜੇ ਹੈ ਉਹ ਮਨੁੱਖਾ ਦੇਹ ਧਾਰ ਕੇ ਮਨੁੱਖਾ ਅਵਤਾਰ ਲੈ ਕੇ ਕਾਂਸ਼ੀ ਦੇ ਵਿੱਚੋਂ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਹਨ। ਸ੍ਰੀ ਅਰਜਨ ਕੋ ਬੰਧਨ ਠਾਨ। ਇਹਨਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਚਿੱਤ ਵਿੱਚ ਚਾਹੁੰਦੇ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਨੂੰ ਅਸਾਂ ਆਪਣਾ ਗੁਰੂ ਧਾਰਨ ਕਰ ਲਈਏ, ਆਪਣੇ ਗੁਰੂ ਸਾਹਿਬ ਬਣਾ ਲਈਏ, ਭਾਵ ਧੰਨ ਗੁਰੂ ਅਰਜਨ ਦੇਵ ਜੀ ਦੇ ਲੜ ਲੜ ਜਾਈਏ, ਸਤਿਗੁਰੂ
ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਚਿੱਤ ਵਿੱਚੋਂ ਗੁਰੂ ਧਾਰਨ ਕਰਨਾ ਚਾਹੁੰਦੇ ਆਨੰਦ ਨੇਕਾਂ ਤਰ੍ਹਾਂ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵਡਿਆਈ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਕੀਤੀ ਹੈ ਜਿਸ ਕਾਰਨ ਅਵਤਰੇ ਜਗਤ ਮਹਿ ਜਿਸ ਵਾਸਤੇ ਇਹਨਾਂ ਵੇਦਾਂ ਦਾ ਸੰਸਾਰ ਤੇ ਅਵਤਾਰ ਹੋਇਆ ਭਾਵ ਆਉਣਾ ਹੋਇਆ ਹੈ ਜਿਸ ਕੀ ਉਰਾ ਵਿਲਾਕ ਮਹਾਨ ਉਹ ਵਿਲਾਕਾ ਹੈ ਕਿ ਕਲਯੁਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਧਾਰਨ ਕਰਕੇ ਆਪਣੀ ਜਿਹੜੀ ਅਭਿਲਾਸ਼ਾ ਵੱਡੀ ਇੱਛਾ ਹੈ ਮਹਾਨ ਵੱਡੀ ਇੱਛਾ ਹੈ ਧੰਨ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਧਾਰਨ ਕਰਨ ਦੀ ਉਹ ਪੂਰੀ ਕਰ ਲੈਣ ਪੂਰੀ ਹੋ ਜਾਏ ਇਹ ਇੱਛਾ ਲੈ ਕੇ ਆਏ ਆ ਸਾਰੇ ਵੇਦ ਦੋਹਰਾ ਸੁਣ ਸੋਤਨ ਸੁਖ ਪਾਏ ਕਰ ਐ ਸੋਤਾ ਜਨੋ ਸੁਣ ਵਾਲੇ ਸਤਸੰਗੀ ਗੁਰਮੁਖ ਰਹੋ ਇਹ ਕਥਾ ਬੜੇ ਪ੍ਰੇਮ ਦੇ ਨਾਲ ਸਾਰੇ ਸੁਣਨਾ ਕਰੋ ਬਹੁਤ ਹੀ ਤੁਹਾਨੂੰ ਸੁਖਾਂ ਦੀ ਪ੍ਰਾਪਤੀ ਹੋਵੇਗੀ ਭਾਈ ਸਾਹਿਬ ਜੀ ਕਹਿੰਦੇ ਹੈ ਕਥਾ ਵਿਚਾਰ ਇਹ ਗੁਰਸਿੱਖਾਂ ਨੇ ਪੁੱਛਿਆ ਹੈ ਕਿ ਵੇਦ ਕਿਵੇਂ ਉਤਾਰ ਧਾਰ ਕੇ ਮਨੁੱਖਾ ਜਾਮੇ ਵਿੱਚ ਆਏ ਕਿਉਂ ਉਹਨਾਂ ਦਾ ਆਉਣਾ ਹੋਇਆ ਕਿਵੇਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਕਿਵੇਂ ਉਹਨਾਂ ਨੇ ਆਪਣੀ ਬਾਣੀ ਸਤਿਗੁਰਾਂ ਦੇ ਸਨਮੁਖ ਉਚਾਰਨ ਕੀਤੀ ਹੈ ਉਹ ਸਾਰੀ ਕਥਾ ਸਤਿਗੁਰੂ ਜੀ ਨੂੰ ਪੁੱਛੀ ਉਹ ਕਥਾ ਸਾਰੀ ਸਰੋਤਿਆਂ ਨੇ ਪੁੱਛੀ ਹੈ ਔਰ ਭਾਈ ਸਾਹਿਬ ਜੀ ਉਹ ਕਥਾ ਵਿਚਾਰ ਕਰਕੇ ਆਪ ਸਰਵਣ ਕਰਵਾ ਰਹੇ ਹਨ ਇੱਥੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅੰਕਿਤ ਕਰ ਰਹੇ ਹਨ ਵੇਦ ਧਰਿਓ ਨਰ ਦੇਹਿ ਕੋ ਵੇਦਾਂ ਨੇ ਮਨੁੱਖਾ ਦੇਹ ਧਾਰੀਐ ਮਨੁੱਖਾ ਜਾਮਾ ਲਿਆ ਹੈ ਇਹ ਕਹੀਐ ਵਿਸਤਾਰ ਇਸ ਦਾ ਕਿਵੇਂ ਇਹਨਾਂ ਦਾ ਮਨੁੱਖਾ ਜਾਮਾ ਹੋਇਆ ਕਿਵੇਂ ਇਹਨਾਂ ਨੇ ਕਾਸ਼ੀ ਵਿਚਾਰ ਕੇ ਮਨੁੱਖਾ ਤਨ ਧਾਰਿਆ ਇਹ ਸਾਰਾ ਅੱਗੇ ਥੋੜਾ ਸੰਖੇਪ ਰੂਪ ਦੇ ਵਿੱਚ ਵਿਸਥਾਰ ਕਰਕੇ ਦੱਸਦੇ ਹਾਂ ਭਾਈ ਸਾਹਿਬ ਕਹਿੰਦੇ ਸਵਈਆ ਸੰਤ ਸੁਣੋ ਸਿੱਖ ਸਤਿਗੁਰ ਕੀ ਮਹਿਮਾ ਇਹ ਗੁਰੂ ਸਿੱਖੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਗੁਰੂ ਘਰ ਦੀ ਜੋ ਮਹਿਮਾ ਵਡਿਆਈ ਹੈ ਗੁਰੂ ਘਰ ਦਾ ਮਹਾਨ ਜੋ ਪ੍ਰਤਾਪ ਹੈ ਗੁਰੂ ਘਰ ਦੀ ਜੋ ਕੀਰਤੀ ਹੈ ਗੁਰੂ ਘਰ ਜੋ ਵੱਡਿਆਂ ਚੋਂ ਵੱਡਾ ਹੈ ਇਹ ਕਿਉਂ ਵੱਡਾ ਗੁਰੂ ਘਰ ਦੀ ਕਿਉਂ ਵੱਡਿਆਂ ਨਾਲੋਂ ਵੀ ਵੱਡੀ ਵਡਿਆਈ ਹੈ ਇਸ ਮਹਿਮਾ ਨੂੰ ਸੁਣਨਾ ਕਰੋ ਜਿਸ ਤੇ ਮਨ ਬਾਸ਼ਿਤ ਫਲ ਪਾਏ ਇਸ ਕਰਕੇ ਤੁਹਾਨੂੰ ਮਿਲਣ ਮਨ ਇੱਛਤ ਫਲਾਂ ਦੀ ਜੋ ਮਨ ਵਿੱਚ ਇੱਛਾ ਹੋਵੇ ਉਹੀ ਪੂਰਾ ਹੋ ਜਾਣਾ ਇਸ ਕਰਕੇ ਮਨ ਇੱਛਤ ਦਾਤਾ ਤੁਹਾਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਣ ਸਭ ਬੇਦਨ ਅਵਤਾਰ ਧਰਿਓ ਜੈਮਾ ਇਹ ਸਾਰੇ ਬੇਦਾਂ ਨੇ ਅਵਤਾਰ ਲਿਆ ਮਨੁੱਖਾ ਜਾਮੇ ਦੇ ਵਿੱਚ ਆਏ ਮਾਤ ਲੋਕ ਤੇ ਸੋ ਪ੍ਰਸੰਗ ਸਭ ਤਿਓ ਸੁਣਾਏ ਉਹ ਸਾਰੀ ਕਥਾ ਉਹ ਸਾਰਾ ਪ੍ਰਸੰਗ ਅਸੀਂ ਸੁਣਾ ਦੇਣਾ ਕਰਦੇ ਹਾਂ ਸੁਣਨਾ ਕਰੋ ਕਾਂਛੀ ਪਾਸ ਸਰੁੱਤ ਸਭ ਠਾਨਤ ਕਾਂਛੀ ਜਿਹੜੀ ਨਗਰੀ ਹੈ ਨਾ ਜਿੱਥੇ ਹਮੇਸ਼ਾ ਵਾਸਤੇ ਗਿਆਨ ਦੀ ਚਰਚਾ ਹੁੰਦੀ ਹੈ ਕਾਸ਼ੀ ਵਿੱਚ ਵਸਣ ਵਾਲੇ ਜਿਹੜੇ ਲੋਕ ਹੈ ਉਹ ਹਮੇਸ਼ਾ ਹੀ ਵੇਦਾਂ ਦੀਆਂ ਸੁਰਤੀਆਂ ਦਾ ਔਰ ਵੇਦਾਂ ਦੀ ਵਿਚਾਰ ਇਹ ਬਹੁਤ ਵੱਡਾ ਗਿਆਨ ਦਾ ਕਥਨੀ ਉੱਥੇ ਕਰਦੇ ਹੈ ਇੱਥੇ ਸਮੁੱਚੀਆਂ ਜਿੰਨੀਆਂ ਵੀ 14 ਪ੍ਰਕਾਰ ਦੀਆਂ ਵਿਦਿਆਵਾਂ ਹਨ ਉਹ ਸਾਰੀਆਂ ਵਿਦਿਆਵਾਂ ਦਾ ਉੱਥੇ ਸੁਮੇਲ ਹੈ ਭਾਵ ਸਾਰੀਆਂ ਵਿਦਿਆ ਨੂੰ ਜਾਣਨ ਵਾਲੇ ਵੱਡੇ ਵੱਡੇ ਵਿਦਵਾਨ ਵਿਦਿਆ ਦੇ ਗਿਆਤੇ ਗਏ ਉਹ ਕਾਸ਼ੀ ਦੇ ਵਿੱਚ ਹੀ ਨਿਵਾਸ ਕਰਦੇ ਬ੍ਰਹਮ ਵਾਹਿਗੁਰੂ ਪਰਮੇਸ਼ਰ ਪ੍ਰਤੀ ਵਿਦਵਾਨ ਆਪੋ ਆਪਣੇ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਨਿਰਣਾ ਕਰਦੇ ਹੈ ਪੜ੍ਹਦਾ ਸੁਣਦਾ ਹੈ ਵਿਦਿਆ ਨੂੰ ਉਹਦੀ ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਬੁੱਧੀ ਬੜੀ ਤਰੱਕੀ ਕਰ ਜਾਂਦੀ ਹੈ ਵਿਦਿਆ ਪੜ੍ਹਨ ਨਾਲ ਹੀ ਬੁੱਧੀ ਦਾ ਵਿਕਾਸ ਹੁੰਦਾ ਹੈ ਇਸ ਕਰਕੇ ਵਿਦਿਆ ਪੜ੍ਹਦਿਆਂ ਪੜ੍ਹਦਿਆਂ ਹੀ ਬੁੱਧੀ ਦੇ ਅੰਦਰ ਵਿਦਿਆ ਦੀ ਬਹੁਤ ਸੂਖਮ
ਗਹਿਰਾਈ ਆ ਜਾਂਦੀ ਹੈ ਬੁੱਧੀ ਦੇ ਗਿਆਨ ਵਿੱਚ ਬਹੁਤ ਵੱਡਾ ਵਾਧਾ ਹੋ ਜਾਂਦਾ ਬੁੱਧੀ ਵੱਧ ਜਾਂਦੀ ਹੈ ਵਾਸ ਕਰਤੇ ਇੱਕ ਸਮੇਂ ਵੇਦ ਤਨ ਕਹਿੰਦੇ ਇੱਕ ਸਮੇਂ ਵੇਦ ਕਾਸ਼ੀ ਵਿੱਚ ਰਹਿ ਰਹੇ ਸਨ ਵੇਦਾਂ ਦਾ ਕਾਸ਼ੀ ਵਿੱਚ ਨਿਵਾਸ ਸੀ ਅਕਸ਼ਰ ਦਾ ਕੀ ਅਹੰਕਾਰ ਸਾਰੇ ਨਾਲ ਆਪਣੀ ਵਿਦਿਆ ਦਾ ਆਪਣੇ ਗਿਆਨ ਦਾ ਅਧਿਐਨ ਵੀ ਮਨ ਵਿੱਚ ਭਾਰੀ ਹੰਕਾਰ ਹੋ ਗਿਆ ਸਾਡੇ ਕਰਕੇ ਹੀ ਬ੍ਰਹਮ ਦਾ ਜੋ ਪਰਮੇਸ਼ਰ ਹੈ ਬ੍ਰਹਮ ਵਿਆਪਕ ਨੂੰ ਕਿਹਾ ਜਾਂ ਬ੍ਰਹਮ ਸ਼ੁੱਧ ਸਰੂਪ ਹੈ ਜੋ ਵਾਹਿਗੁਰੂ ਪਰਮੇਸ਼ਰ ਜਿਹਨੂੰ ਬ੍ਰਹਮ ਕਹਿੰਦੇ ਹੈ ਉਸ ਦਾ ਨਿਰਣਾ ਉਸ ਦੀ ਵਿਚਾਰ ਉਸ ਦਾ ਗਿਆਨ ਲੋਕਾਂ ਨੂੰ ਸਾਡੇ ਦੁਆਰਾ ਹੀ ਪ੍ਰਾਪਤ ਹੁੰਦਾ ਸਾਡੇ ਵਿੱਚੋਂ ਹੀ ਉਹ ਨਿਰਣਾ ਹੁੰਦਾ ਹੈ ਲੋਕਾਂ ਦੇ ਅੰਦਰ ਸਹੀ ਅਤੇ ਗਲਤ ਦੀ ਵਿਚਾਰ ਨਿਰਣੇ ਪੂਰਵਕ ਜੋ ਸਾਰ ਸ੍ਰੇਸ਼ਟ ਹੈ ਜੋ ਬ੍ਰਹਮ ਵਾਹਿਗੁਰੂ ਹੈ ਇਸ ਅਸਾਰ ਸੰਸਾਰ ਵਿੱਚ ਉਸੇ ਦਾ ਨਿਰਣਾ ਉਸੇ ਦੀ ਜਾਣਕਾਰੀ ਉਸੇ ਦਾ ਗਿਆਨ ਸਾਡੇ ਦੁਆਰੇ ਦੁਨੀਆਂ ਨੂੰ ਮਿਲਦਾ ਹੈ ਪ੍ਰਾਪਤ ਹੁੰਦਾ ਹੈ ਅੰਧਕਾਰ ਦਿਸਦਾ ਹੈ ਵੇਦ ਕਹਿੰਦੇ ਜੇ ਅਸੀਂ ਨਾ ਹੋਈਏ ਤਾਂ ਸੰਸਾਰ ਵਿੱਚ ਅੰਧਕਾਰ ਹੀ ਪੈ ਜਾਏ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਜਾਏਗਾ ਤੇ ਜਗਤ ਪ੍ਰਕਾਸ਼ ਉਦਾਰ ਸਾਡੇ ਕਰਕੇ ਸੰਸਾਰ ਵਿੱਚ ਬੁੱਧੀਆਂ ਨੂੰ ਪ੍ਰਕਾਸ਼ ਇਹ ਗਿਆਨ ਦਾ ਪ੍ਰਕਾਸ਼ ਜਿਹੜਾ ਬਹੁਤਾ ਜ਼ਿਆਦਾ ਹੈ ਸਾਡੇ ਕਰਕੇ ਦੁਨੀਆਂ ਨੂੰ ਮਿਲਿਆ ਤੇ ਪ੍ਰਾਪਤ ਹੋਇਆ ਹੈ ਗਿਆਨ ਦਾ ਚਾਨਣ ਅਸੀਂ ਕੀਤਾ ਹੈ ਇਹ ਵੇਦਾਂ ਨੇ ਹੰਕਾਰ ਕੀਤਾ ਮਨ ਵਿੱਚ ਅਗਿਆਨੀ ਮਨ ਲੈ ਗਿਆਨ ਕੋ ਜਿਹੜੇ ਅਗਿਆਨੀ ਹੈ ਉਹਨਾਂ ਦਾ ਮਨ ਵੀ ਗਿਆਨ ਨੂੰ ਲੈ ਲੈਂਦਾ ਧਾਰਨ ਕਰ ਲੈਂਦਾ ਹੈ ਸਾਡੇ ਦੁਆਰਾ ਆਏ ਮੁਕਤ ਕੋ ਬੰਧਨ ਟਾਰ ਇਹ ਅਗਿਆਨੀ ਨੂੰ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਪ੍ਰਭੂ ਦਾ ਬ੍ਰਹਮ ਦਾ ਤਾਂ ਫਿਰ ਇਹ ਮੁਕਤੀ ਨੂੰ ਪ੍ਰਾਪਤ ਕਰਕੇ ਦੇ ਬੰਧਨ ਸਾਰੇ ਟਲ ਜਾਂਦੇ ਆ ਦੂਰ ਹੋ ਜਾਂਦੇ ਆ ਨਿਵਿਰਤ ਹੋ ਜਾਂਦੇ ਆ ਜੰਮਣ ਮਰਨ ਦੇ ਕਰਤਾ ਭੁਗਤਾ ਹੰਤਾ ਮਮਤਾ ਦੇ ਬੰਧਨ ਇਹ ਸਾਰੀਆਂ ਬੇੜੀਆਂ ਬੰਧਨਾਂ ਦੀਆਂ ਕੱਟੀਆਂ ਜਾਂਦੀਆਂ ਹਨ ਬ੍ਰਹਮ ਨੇ ਲੱਖ ਵੇਦਨ ਕਾ ਪ੍ਰਵੇਸ਼ ਪਰਮੇਸ਼ਰ ਨੇ ਕਹਿੰਦੇ ਵੇਦਾਂ ਦੀ ਹਾਲਤ ਵੇਖੀ ਵਾਹਿਗੁਰੂ ਨੇ ਕਿ ਇਹਨਾਂ ਦੇ ਮਨ ਵਿੱਚ ਬਹੁਤ ਅਹੰਕਾਰ ਹੋ ਗਿਆ ਹੈ ਜਿਨਕੇ ਭਇਓ ਹੰਕਾਰ ਵਿਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਹੰਕਾਰ ਦਾ ਵਿਕਾਰ ਪੈਦਾ ਹੋ ਗਿਆ ਦੁੱਖ ਦੇਣ ਵਾਲਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਗੁਰਬਾਣੀ ਵਿੱਚ ਵੀ ਆਉਂਦਾ ਹਰ ਕੀ ਉਹ ਹੰਕਾਰ ਨਾ ਭਾਵੇ ਵੇਦ ਕੋਕ ਸੁਣਾਵੇ ਵੇਦ ਵੀ ਕੂਕਾਂ ਮਾਰ ਕੇ ਕਹਿੰਦੇ ਆ ਕਿ ਹਰੀ ਨੂੰ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਪਰਮੇਸ਼ਰ ਨੂੰ ਇਹਨਾਂ ਦਾ ਹੰਕਾਰ ਨਹੀਂ ਚੰਗਾ ਲੱਗਿਆ ਇਹੀ ਜਨਮ ਤੇ ਜਗ ਮੈਂ ਫਿਰ ਫਿਰ ਕਹਿੰਦੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਹੰਕਾਰ ਹੈ ਨਾ ਇਹ ਮਨੁੱਖ ਨੂੰ ਦੁਬਾਰਾ ਦੁਬਾਰਾ ਜਨਮ ਦਿੰਦਾ ਇੱਥੇ ਥੋੜਾ ਜਿਹਾ ਵੀ ਕੋਈ ਹੰਕਾਰ ਕਰ ਲਵੇ ਪਰਮੇਸ਼ਰ ਵਾਹਿਗੁਰੂ ਤੋਂ ਉਦੋਂ ਹੀ ਮਨੁੱਖ ਬੇਮੁਖ ਹੋ ਜਾਂਦਾ ਹੰਕਾਰ ਉਦੋਂ ਹੀ ਮਨੁੱਖ ਕਰਦਾ ਜਦੋਂ ਦੂਸਰੇ ਤੋਂ ਆਪਣੇ ਆਪ ਨੂੰ ਵੱਡਾ ਜਾਣਦਾ ਜਾਂ ਆਪਣੀ ਵਡਿਆਈ ਨੂੰ ਜਾਂ ਆਪਣੇ ਗੁਣਾਂ ਨੂੰ ਜਾਂ ਆਪਣੇ ਪਦਾਰਥਾਂ ਨੂੰ ਜਾਂ ਆਪਣੀ ਪਦਵੀ ਨੂੰ ਜਾਂ ਆਪਣੀਆਂ ਵਿਸ਼ੇਸ਼ਤਾਈਆਂ ਨੂੰ ਜਦੋਂ ਮਨ ਵਿੱਚ ਹੰਕਾਰ ਆ ਜਾਵੇ ਫਿਰ ਦੂਸਰਿਆਂ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਪਰ ਭਾਈ ਜਿਹੜਾ ਸਾਰਿਆਂ ਤੋਂ ਵੱਡਾ ਵਾਹਿਗੁਰੂ ਪਰਮੇਸ਼ਰ ਹੈ ਜਿਹਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰਿਆਂ ਨੂੰ ਰੋਜ਼ੀ ਰਿਜ਼ਕ ਦਿੰਦਾ ਪਾਲਣਾ ਪੋਸਣਾ ਕਰਦਾ ਉਹ ਤਾਂ ਕਦੇ ਹੰਕਾਰ ਨਹੀਂ ਕਰਦਾ ਜਦੋਂ ਦਿੱਤਾ ਹੀ ਮਿਲਿਆ ਉਹਦੇ ਦਰ ਤੋਂ ਹੈ ਸਭ ਕੁਝ ਮਨੁੱਖਾ ਜੀਵਨ ਵੀ ਉਹਦੀ ਕਿਰਪਾ ਨਾਲ ਹੀ ਮਿਲਿਆ ਫਿਰ ਮਹਾਰਾਜ ਕਹਿੰਦੇ ਮਨੁੱਖ ਜਦੋਂ ਤੂੰ ਦਿੱਤੀ ਕਿਸੇ ਦੀ ਅਮਾਨਤ ਵਰਤ ਰਿਹਾ ਮਨੁੱਖਾ ਸਰੀਰ ਵੀ ਤੇਰਾ ਆਪਣਾ ਉਹ ਵੀ ਤੈਨੂੰ ਦਿੱਤਾ ਗਿਆ ਮਿਲਿਆ ਤੇ ਅੱਗੇ ਮਨੁੱਖਾ ਜੀਵਨ ਦੀਆਂ ਲੋੜਾਂ ਵੀ ਤੈਨੂੰ ਪਰਮੇਸ਼ਰ ਦੇ ਦਰ ਤੋਂ ਮਿਲੀਆਂ ਜਦੋਂ ਤੇਰਾ ਆਪਣਾ ਹੈ ਹੀ ਕੁਝ ਨਹੀਂ ਇਸ ਜੀਵਨ ਵਿੱਚ ਤੂੰ ਮਾਲਕ ਹੀ ਨਹੀਂ ਕਿਸੇ ਵਸਤੂ ਦਾ ਸਰੀਰ ਤੋਂ ਲੈ ਕੇ ਪਦਾਰਥਾਂ ਤੱਕ ਮਨ ਤੋਂ ਲੈ ਕੇ ਬੁੱਧੀ ਤੱਕ ਤਾਂ ਫਿਰ ਤੂੰ ਹੰਕਾਰ ਕਾਹਦਾ ਕਰਨਾ ਤੇਰਾ ਕੀ ਹੈ ਇਹਦੇ ਵਿੱਚ ਕਿਉਂਕਿ ਦੇਣ ਵਾਲਾ ਤਾਂ ਕੋਈ ਹੋਰ ਹੈ ਉਹ ਹੰਕਾਰ ਕਰੇ ਤਾਂ ਗੱਲ ਵੱਖਰੀ ਹੈ ਉਹ ਤਾਂ ਕਰਦਾ ਹੀ ਨਹੀਂ ਇਸ
करके जो मनुख के अंदर एहो जा हंकार पैदा होता ना फिर यही हंकार जेड़ा बार बार संसार विच मनुख को जन्म दिता जमन मरण के चक्कर विच पा दिता है सब विकार मूल उदार जिन्हें विकार औगण है ना विकार तो भाव औगण लवांगे दोष लवांगे गुनाह लवांगे जिन्हें भी ये विकार औगण है ना मनुख के अंदर इन्हां सारियां का सब तो वड्डा मूल मुठ हंकार है हंकार विचों सारे औगण सत्संग जी जन्म लेंदे आ मोह भी काम भी क्रोध भी लोभ भी इस करके बार बार जिहड़ा जन्म लेंदा है इहदा मूल कारण हंकार है और सारे गुनाहां दा सारे औगणां दा मोटी सब तो वड्डा हंकार है हंकार ही इहनां दी जड़ है इन उलते अब करा उखारन हर कहिंदे इहनां दे हिरदे विच जिहड़ा हंकार हो गया ना कि असीं वड्डे आं ज्ञान दा असीं खजाना दुनिया नूं चानण दिंदे आं असीं विद्या दा कहिंदे हुणे इहनां दे मूंह इहनां दे विचों मूल मुढ तों ही ਇਹ ਹੰਕਾਰ ਫੁੱਟ ਦਈਏ ਹੰਕਾਰ ਦੀਆਂ ਜੜ੍ਹਾਂ ਕੱਢ ਦਈਏ ਤਾਂ ਚੰਗਾ ਹੈ ਅੱਗੇ ਜਾ ਕੇ ਹੰਕਾਰ ਬਹੁਤ ਦੁਖੀ ਕਰੇਗਾ ਲੋਕਾਂ ਨੂੰ ਵੀ ਇਸ ਕਰਕੇ ਇਹ ਆਪ ਲੋਕਾਂ ਨੂੰ ਗਿਆਨ ਦੇਣ ਵਾਲੇ ਹੈ ਹੰਕਾਰ ਛੱਡਣ ਦਾ ਉਪਦੇਸ਼ ਇਹਨਾਂ ਦੁਆਰਾ ਹੁੰਦਾ ਲੋਕਾਂ ਨੂੰ ਇਹ ਆਪ ਹੰਕਾਰੀ ਬਣ ਗਏ ਹੈ ਇਸ ਕਰਕੇ ਇਹਨਾਂ ਦੇ ਹਿਰਦੇ ਦੇ ਵਿੱਚੋਂ ਇਹ ਹੰਕਾਰ ਜਿਹੜਾ ਸਾਰੇ ਔਗਣਾਂ ਦਾ ਮੂਲ ਮੁੱਢ ਹੈ ਇਸੇ ਨੂੰ ਫੁੱਟ ਦਈਏ ਉਖਾੜ ਦਈਏ ਦੂਰ ਕਰ ਦਈਏ ਹੰਕਾਰ ਦੀ ਨਿਵਰਤੀ ਵਾਸਤੇ ਇਹਨਾਂ ਦੇ ਪ੍ਰਥਾਈ ਵਚਨ ਕੀਤਾ ਸਤਸੰਗ ਦੀ ਧਾਰਮਿਕ ਸ਼ਾਸਤਰਾਂ ਦੇ ਅੰਦਰ ਓਵੀ ਕਥਾ ਹੁੰਦੀ ਹੈ ਕਹਿੰਦੇ ਬੈਕੁੰਠਪੁਰੀ ਦੇ ਵਿੱਚ ਇੱਕ ਮੇਰੀ ਭਗਵਾਨ ਗਏ ਤਾਂ ਸਾਰਿਆਂ ਨੇ ਉੱਠ ਕੇ ਜਿੰਨੇ ਵੀ ਦੇਵਤੇ ਸਨ ਉਹਨਾਂ ਨੇ ਭਗਵਾਨ ਦਾ ਸਨਮਾਨ ਕੀਤਾ ਸਤਿਕਾਰ ਕੀਤਾ ਪਰ ਚਾਰੇ ਵੇਦ ਅਤੇ ਬ੍ਰਹਮਾ ਨੇ ਉੱਠ ਕੇ ਖੜੇ ਹੋ ਕੇ ਸਤਿਕਾਰ ਨਹੀਂ ਕੀਤਾ ਇਹ ਬੈਠੇ ਰਹੇ ਆਪਣੀ ਥਾਂ ਤੇ ਹੰਕਾਰ ਵਿੱਚ ਭਗਵਾਨ ਸਭਾ ਦੇ ਵਿੱਚ ਬੈਠ ਗਏ ਔਰ ਜਦੋਂ ਉੱਠ ਕੇ ਨਾ ਖੜੇ ਹੋਏ ਤਾਂ ਉਹਨਾਂ ਨੇ ਵਚਨ ਕੀਤਾ ਕਿ ਇਹ ਵੇਦੋ ਤੁਸੀਂ ਤਾਂ ਲੋਕਾਂ ਨੂੰ ਸਿੱਖਿਆ ਦੇਣੀ ਹੈ ਵੀ ਹੰਕਾਰ ਛੱਡੋ ਹਉਮੈ ਤਿਆਗੋ ਮਨ ਵਿੱਚੋਂ ਮਾਣ ਦਾ ਨਿਵਾਰਨ ਕਰੋ ਤੇ ਤੁਸੀਂ ਆਪ ਹੀ ਹੰਕਾਰ ਵਿੱਚ ਭਰੇ ਹੋਏ ਹੋ ਕੋਈ ਸਨਮਾਨ ਯੋਗ ਸ਼ਕਤੀ ਕੋਈ ਸਨਮਾਨ ਯੋਗ ਸ਼ਖਸੀਅਤ ਜਾਂ ਸਨਮਾਨ ਯੋਗ ਹਸਤੀ ਸਭਾ ਦੇ ਵਿੱਚ ਆਈ ਸਾਰਿਆਂ ਨੂੰ ਉੱਠ ਕੇ ਸਤਿਕਾਰ ਨਹੀਂ ਕੀਤਾ ਤੁਸੀਂ ਵਿਦਿਆ ਦੇ ਹੰਕਾਰ ਵਿੱਚ ਬੈਠੇ ਰਹੇ ਕਿ ਅਸੀਂ ਵੀ ਸਤਿਕਾਰ ਕਰਨਾ ਸਾਨੂੰ ਲੋੜ ਨਹੀਂ ਸਤਿਕਾਰ ਕਰਨ ਦੀ ਤੇ ਲੋਕ ਕੀ ਸਿੱਖਿਆ ਲੈਣਗੇ ਆਪ ਤੋਂ ਵੱਡਿਆਂ ਦਾ ਦੁਨੀਆਂ ਕਿਵੇਂ ਸਤਿਕਾਰ ਕਰਨਾ ਸਿੱਖੇਗੀ ਇਸ ਕਰਕੇ ਤੁਸੀਂ ਬਕੁੰਠਪੁਰੀ ਦੇ ਵਿੱਚ ਰਹਿਣ ਦੇ ਯੋਗ ਨਹੀਂ ਜਾਓ ਮਾਤ ਲੋਕ ਦੇ ਉੱਤੇ ਮਨੁੱਖਾ ਜਨਮ ਲੈ ਕੇ ਜਾਮੇ ਧਾਰੋ ਵੇਦ ਕਰਕੇ ਹੱਥ ਜੋੜ ਲਏ ਇਹਨਾਂ ਕਹਿਣ ਲੱਗੇ ਮਹਾਰਾਜ ਤੁਹਾਡਾ ਵਚਨ ਤਾਂ ਪੂਰਾ ਹੋਏਗਾ ਪਰ ਮਾਤ ਲੋਕ ਦੇ ਵਿੱਚ ਜਾਣਾ ਤਾਂ ਦੁੱਖਾਂ ਨੂੰ ਸਦਾ ਦੇਣਾ ਦੁੱਖਾਂ ਵਾਲੀ ਥਾਂ ਬੰਦਾ ਸੁੱਖ ਵਾਲੀ ਥਾਂ ਛੱਡ ਕੇ ਦੁੱਖਾਂ ਵਾਲੀ ਥਾਂ ਜਾਣ ਬਾਰੇ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਮਾਤ ਲੋਕ ਤਾਂ ਦੁੱਖਾਂ ਦਾ ਮੂਲ ਹੈ ਦੁੱਖਾਂ ਦਾ ਘਰ ਹੈ ਦੁੱਖਾਂ ਦਾ ਮੁੱਢ ਹੈ ਦੁੱਖਾਂ ਦੇ ਸੰਤਾਏ ਹੋਏ ਜੀਵ ਹੈ ਉੱਤੇ ਸਤਾਏ ਹੋਏ ਮਹਾਰਾਜ ਸਾਨੂੰ ਉੱਥੇ ਨਾ ਭੇਜੋ ਕਹਿੰਦੇ ਜਾਣਾ ਹੀ ਪਵੇਗਾ ਵਸ਼ ਇਹ ਨਿਯਮ ਬਣਿਆ ਹੋਇਆ ਜਿਹੜਾ ਇਸ ਦੀ ਤੁਸੀਂ ਉਲੰਘਣਾ ਕੀਤੀ ਹੈ ਸਨਮਾਨ ਵਿੱਚ ਖੜੇ ਨਹੀਂ ਹੋਏ ਸਤਿਕਾਰ ਨਹੀਂ ਕੀਤਾ ਕਹਿਣ ਲੱਗੇ ਵੀ ਫਿਰ ਸਾਡੀ ਦੁਆਰਾ ਮੁਕਤੀ ਕਹਿੰਦੇ ਕਾਸ਼ੀ ਵਿੱਚ ਜਾਓਗੇ ਮਨੁੱਖਾ ਜਨਮ ਦੇ ਵਿੱਚ ਭੱਟਾਂ ਦੇ ਘਰ ਦੇ ਵਿੱਚ ਤੁਹਾਡੇ ਜਨਮ ਹੋਣਗੇ ਔਰ ਧੰਨ ਗੁਰੂ ਨਾਨਕ ਦੇਵ ਜੀ ਦਾ ਪੰਜਵਾਂ ਰੂਪ ਗੁਰੂ ਅਰਜਨ ਦੇਵ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤ ਲੋਕ ਦੇ ਤਾਰ ਧਾਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਈਸ਼ਰੀ ਬਾਣੀ ਪਰਮਾਤਮਾ ਦੀ ਬਾਣੀ ਦਾ ਸਰੂਪ ਤਿਆਰ ਕਰਨਗੇ ਔਰ ਤੁਹਾਨੂੰ ਆਪਣਾ ਸਰੂਪ ਵੀ ਭੁੱਲ ਜਾਏਗਾ ਤੁਹਾਨੂੰ ਪਤਾ ਨਹੀਂ ਹੋਏਗਾ ਪੜਦਾ ਪੈ ਜਾਏਗਾ ਅਸੀਂ ਕੌਣ ਹਾਂ
ਤੁਹਾਡੇ ਮਨ ਨੂੰ ਸ਼ਾਂਤੀ ਵੀ ਨਹੀਂ ਆਏਗੀ। ਸ਼ਾਂਤੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕੋਗੇ, ਵੱਡੇ ਵੱਡੇ ਤਪੱਸਵੀਆਂ ਕੋਲੇ ਵੀ ਜਾਓਗੇ, ਪਰ ਚਲਦੇ ਚਲਦੇ ਤੁਸੀਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਓਗੇ ਹਰਿਮੰਦਰ ਸਾਹਿਬ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰੋਗੇ, ਮੱਥਾ ਟੇਕਦਿਆਂ ਸਾਹ ਤੁਹਾਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਏਗਾ। ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਤੁਸੀਂ ਬੇਨਤੀ ਕਰੋਗੇ, ਜਦੋਂ ਉਹ ਤੁਹਾਨੂੰ ਬਖਸ਼ਿਸ਼ ਕਰਕੇ ਬਾਣੀ ਦੁਆਰਾ ਪਰਮੇਸ਼ਰ ਦੀ ਮਹਿਮਾ ਅਤੇ ਗੁਣ ਗਾਉਣ ਦੀ ਗਿਆਨ ਦੀ ਸੋਝੀ ਬਖਸ਼ਿਸ਼ ਕਰਨਗੇ, ਫਿਰ ਤੁਸੀਂ ਆਪਣੀ ਰਸਨਾ ਤੋਂ ਧੰਨ ਗੁਰੂ ਨਾਨਕ ਦੇਵ ਜੀ ਦੇ ਪੰਜ ਅਵਤਾਰਾਂ ਦੀ ਮਹਿਮਾ ਕਰੋਗੇ ਨਾ, ਪੰਜਾਂ ਸਰੂਪਾਂ ਦੀ, ਪੰਜੇ ਗੁਰੂ ਸਾਹਿਬਾਨਾਂ ਦੀ, ਫਿਰ ਤੁਹਾਨੂੰ ਬੰਦ ਖਲਾਸੀ ਦੀ ਦਾਤ ਮਿਲੇਗੀ, ਭਾਵ ਮੁਕਤੀ ਦੀ ਦਾਤ ਮਿਲੇਗੀ। ਸੋ ਸਾਧ ਸੰਗਤ ਜੀ, ਇਹ ਵੇਦ ਇਸ ਤਰ੍ਹਾਂ ਆਏ, ਇਹ ਤਾਂ ਸਾਧ ਸੰਗਤ ਦੀ ਕਥਾ, ਰਮਾਇਣ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ। ਕਹਿੰਦੇ ਜਦੋਂ ਸ਼੍ਰੀ ਰਾਮ ਚੰਦਰ ਜੀ ਅਯੋਧਿਆਪੁਰੀ ਦੇ ਵਿੱਚ ਆਏ ਤਾਂ ਜਿੱਥੇ ਉਹਨਾਂ ਦਾ ਸਾਰਿਆਂ ਨੇ ਸਨਮਾਨ ਕੀਤਾ ਨਾ, ਉੱਥੇ ਕਹਿੰਦੇ ਵੇਦ ਵੀ ਰੂਪ ਧਾਰ ਕੇ ਆਏ, ਇਹਨਾਂ ਨੂੰ ਉੱਥੇ ਬੰਦੀ ਜਨ ਲਿਖਿਆ, ਪ੍ਰੋਫੈਸਰ ਬਾਕ ਕੀਨੀ ਕਿਨ ਹੈ ਅਤੀ ਆਦਰ ਕਿਰਪਾ ਨਿਧਾਨ ਲਖਿਆ ਨਾਹੂ ਮਰਮ ਕਾਸ਼ ਲਭੇ ਕਰਨ ਕੋਣ ਦਾਨ। ਇਸ ਕਰਕੇ ਭਿੰਨ ਭਿੰਨ ਉਸਤਤ ਕਰੀ ਗੇ ਸੁਰ ਨਿਜ ਨਿਜ ਕਹਾਨ ਬੰਦੀ ਵੇਸ ਧਰ ਵੇਦ ਤਬ ਆਏ ਜੈ ਸ੍ਰੀ ਰਾਮ। ਕਹਿੰਦੇ ਵੇਦਾਂ ਨੇ ਵੀ ਆਪਣਾ ਰੂਪ ਧਾਰ ਕੇ ਉਹਨਾਂ ਦੀ ਮਹਿਮਾ ਕੀਤੀ, ਉਹਨਾਂ ਦੀ ਕੀਰਤੀ ਕੀਤੀ ਭਗਵਾਨ ਰਾਮ ਦੀ ਜਦੋਂ ਅਯੋਧਿਆ ਵਿੱਚ ਆਏ ਸਨ। ਇਹ ਉਹਨਾਂ ਦੇ ਗ੍ਰੰਥਾਂ ਵਿੱਚ ਵੀ ਲਿਖੀ, ਉਹ ਵੀ ਸ਼ੰਕਾ ਨਹੀਂ ਕਰ ਸਕਦੇ। ਨਾਲੇ ਭਾਈ ਇਹ ਪਰਮੇਸ਼ਰ ਦੀ ਅਸਚਰਜ ਖੇਡ ਹੈ, ਇਸ ਖੇਡ ਨੂੰ ਮਨ ਬੁੱਧੀ ਦੁਆਰਾ ਬੰਦਾ ਸਮਝ ਨਹੀਂ ਸਕਦਾ, ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਇੱਥੇ ਸ਼ਰਧਾ ਔਰ ਭਾਵਨਾ ਦੀ ਆਸ ਲੈ ਕੇ ਹੀ ਅਸੀਂ ਆਪਣਾ ਭਲਾ ਕਰ ਸਕਦੇ। ਸ਼ਰਧਾ ਹੀ ਬੰਦੇ ਨੂੰ ਮੁਕਤੀ ਦਾ ਦਾਨ ਦਿੰਦੀ ਹੈ। ਜਿਹੜੀ ਸ਼ੰਕਾ ਹੈ, ਸਵਾਲ ਜਵਾਬ ਹਨ, ਇਹ ਤਾਂ ਕਈ ਵਾਰੀ ਮਨੁੱਖ ਨੂੰ ਵਾਰ ਵਾਰ ਚੱਕਰਾਂ ਦੇ ਵਿੱਚ ਭਰਮ ਦੇ ਵਿੱਚ ਪਾ ਦਿੰਦੇ। ਇਸ ਕਰਕੇ ਭਾਈ ਇਹ ਪਰਮੇਸ਼ਰ ਦੀ ਮੌਜ ਹੈ, ਉਹਦੀ ਕਿਰਪਾ ਹੈ, ਜਿਵੇਂ ਚਾਹੇ ਉਹ ਕਰ ਦੇਵੇ। ਇਸ ਕਰਕੇ ਵੇਦਾਂ ਦਾ ਹੰਕਾਰ ਕੱਢਣ ਵਾਸਤੇ ਪਰਮੇਸ਼ਰ ਨੇ ਇਸ ਤਰ੍ਹਾਂ ਵਿਚਾਰ ਆਪਣੇ ਹਿਰਦੇ ਵਿੱਚ ਕੀਤੀ ਹੈ ਔਰ ਆਕਾਸ਼ ਬਾਣੀ ਹੋਈ ਹੈ ਨਾ ਵੇਦਾਂ ਨੂੰ ਭਈ ਗਗਨ ਬਾਣੀ ਤਬ ਇਨਕੋ, ਇਹਨਾਂ ਦੇ ਪ੍ਰਕਾਰ ਗਗਨ ਬਾਣੀ ਆਕਾਸ਼ ਬਾਣੀ ਹੋਈ ਜਦੋਂ ਇਹਨਾਂ ਨੇ ਹੰਕਾਰ ਕੀਤਾ। ਨਾ ਸਰੀਰ ਕੋ ਲਿਓ ਅਵਤਾਰ, ਇਹ ਵੇਦੋ ਤੁਸੀਂ ਹੰਕਾਰ ਕੀਤਾ, ਜਾਓ ਮਾਤ ਲੋਕ ਤੇ ਨਾ ਸਰੀਰ, ਮਨੁੱਖਾ ਸਰੀਰ ਦੇ ਵਿੱਚ ਅਵਤਾਰ ਲਓ, ਮਨੁੱਖਾ ਸਰੀਰ ਵਿੱਚ ਜਨਮ ਲਓ ਮਾਤ ਲੋਕ ਤੇ। ਤੁਮਰੇ ਔਰ ਹੰਕਾਰ ਵਿਕਾਰ ਜੋ, ਤੁਹਾਡੇ ਹਿਰਦੇ ਵਿੱਚ ਜਿਹੜਾ ਹੰਕਾਰ ਦਾ ਵੱਡਾ ਵਿਕਾਰ ਪੈਦਾ ਹੋ ਗਿਆ, ਦੋਸ਼ ਪੈਦਾ ਹੋ ਗਿਆ, ਨਿਸਫਲ ਕਰੋ ਜਾਨ ਇਮਲੇ ਹੋ, ਇਹ ਤੁਹਾਡੇ ਹਿਰਦੇ ਵਿੱਚ ਹੰਕਾਰ ਪੈਦਾ ਹੋ ਗਿਆ, ਜਾਣ ਲਓ ਜਿੰਨਾ ਚਿਰ ਹੰਕਾਰ ਦੂਰ ਨਹੀਂ ਨਾ ਹੁੰਦਾ ਉਹਨਾਂ ਚਿਰ ਤੁਹਾਨੂੰ ਦੁਬਾਰਾ ਇਹ ਵੇਦ ਸਰੂਪ ਨਹੀਂ ਮਿਲਣਾ। ਇਸ ਕਰਕੇ ਜਾਓ ਮਾਤ ਲੋਕ ਤੇ, ਹੰਕਾਰ ਦਾ ਵਿਕਾਰ ਦੂਰ ਕਰੋ। ਇਹ ਤੁਸੀਂ ਨਿਸਫਲ ਹੀ ਹੰਕਾਰ ਕਰ ਰਹੇ ਹੋ ਕਿ ਸਾਡੇ ਤੋਂ ਬਿਨਾਂ ਪ੍ਰਕਾਸ਼ ਦੀ ਦੁਨੀਆਂ ਵਿੱਚ ਹੋਣਾ, ਜਦੋਂ ਤੁਸੀਂ ਨਹੀਂ ਸੀ ਉਦੋਂ ਕਿਹੜਾ ਪ੍ਰਕਾਸ਼ ਰੂਪ ਨਹੀਂ ਸੀ ਇਸ ਧਰਤੀ ਤੇ, ਗੁਰ ਬਿਨ ਹਿਰਦੇ ਪ੍ਰਕਾਸ਼ ਨਾ ਹੋਵਤ। ਇਸ ਕਰਕੇ ਗੁਰੂ ਤੋਂ ਬਿਨਾਂ ਹਿਰਦੇ ਵਿੱਚ ਕਦੇ ਪ੍ਰਕਾਸ਼ ਨਹੀਂ ਹੋ ਸਕਦਾ, ਜੇ ਗੁਰੂ ਪ੍ਰਕਾਸ਼ ਦੇ ਦੇਵੇ ਤਾਂ ਹੁੰਦਾ। ਤੁਸੀਂ ਕੌਣ ਹੈ ਦੁਨੀਆਂ ਨੂੰ ਪ੍ਰਕਾਸ਼ ਦੇਣ ਵਾਲੇ? ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾ। ਗੁਰੂ ਤੋਂ ਬਿਨਾਂ ਘੋਰ ਅੰਧੇਰ ਅੰਧਕਾਰ ਹੈ ਅਗਿਆਨ ਦਾ। ਇਸ ਕਰਕੇ ਗੁਰੂ ਤੋਂ ਬਿਨਾਂ ਨਹੀਂ ਕਦੇ ਵੀ ਪ੍ਰਕਾਸ਼ ਹੋਇਆ ਕਰਦਾ ਹਿਰਦੇ ਦੇ ਅੰਦਰ ਬ੍ਰਹਮ ਦਾ, ਪਰਮੇਸ਼ਰ ਦਾ। ਇਸ ਕਰਕੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਸਾਡੇ ਤੋਂ ਬਿਨਾਂ ਪ੍ਰਕਾਸ਼ ਹੀ ਨਹੀਂ ਹੋਏਗਾ ਦੁਨੀਆਂ ਦੇ ਅੰਦਰ ਗਿਆਨ ਦਾ? ਇਸ ਕਰਕੇ ਗੁਰੂ ਤੋਂ ਬਿਨਾਂ ਇਹ ਤੁਹਾਡੀ ਭੁੱਲ ਹੈ, ਮਾਤ ਲੋਕ ਦੀ ਮਰਯਾਦਾ ਹੈ,
ਇਹ ਗੁਰੂ ਧਾਰਿਆਂ ਤੋਂ ਬਿਨਾਂ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਵਾਹਿਗੁਰੂ ਦਾ ਪਰਮੇਸ਼ਰ ਦਾ ਬ੍ਰਹਮ ਦਾ ਗਿਆਨ ਹੀ ਹੋ ਸਕਦਾ ਹੈ। ਯਾ ਤੇ ਗੁਣ ਸਤਿਗੁਰੂ ਦੇਹੋ, ਇਹ ਪ੍ਰਕਾਸ਼ ਦਾ ਮੁੱਢ, ਗਿਆਨ ਦਾ ਮੁੱਢ, ਬ੍ਰਹਮ ਗਿਆਨ ਦੀ ਦਾਤ ਦੇਣ ਦਾ ਜੋ ਮੁੱਢ ਹੈ, ਇਹ ਤਾਂ ਸਤਿਗੁਰੂ ਦਾ ਸਰੀਰ ਹੈ। ਸਤਿਗੁਰੂ ਹੀ ਆਪਣੇ ਦਰ ਤੋਂ ਗਿਆਨ ਦਾ ਪ੍ਰਕਾਸ਼ ਦੇ ਸਕਦੇ ਆ, ਕਿਰਪਾ ਕਰ ਸਕਦੇ ਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਹਰੀ ਦੀ ਕਿਰਪਾ ਨਾਲ ਸ਼ਾਂਤ ਸਰੂਪ ਸਤਿਗੁਰੂ ਜਦੋਂ ਮਿਲ ਗਏ ਤਾਂ ਅਗਿਆਨ ਦਾ ਹਨੇਰਾ ਚਲਿਆ ਗਿਆ, ਹਿਰਦੇ ਚ ਬ੍ਰਹਮ ਦਾ ਗਿਆਨ ਪ੍ਰਕਾਸ਼ ਹੋ ਆਇਆ। ਇਹ ਸਤਿਗੁਰੂ ਹੀ ਇਹ ਗਿਆਨ ਦਾ ਪ੍ਰਕਾਸ਼ ਦੇ ਸਕਦੇ ਕਹਿੰਦੇ ਤੁਹਾਡਾ ਖੇਤ ਦੁੱਖ ਜਿਹੜਾ ਤੁਹਾਨੂੰ ਹੁਣ ਮਿਲਣ ਲੱਗਾ ਨਾ ਮਨੁੱਖਾ ਜਾਮੇ ਦਾ, ਇਹ ਉਦੋਂ ਬਿਰਸ ਕੇ ਨਾਸ ਹੋ ਕਰਕੇ ਚਲਿਆ ਜਾਵੇਗਾ, ਦੂਰ ਹੋ ਜਾਏਗਾ। ਗੁਰੂ ਜਿਤ ਕਿਤ ਦ੍ਰਿਸ਼ਟੇ ਹੋ, ਜਿੱਥੋਂ ਜਿੱਥੋਂ ਲੱਭ ਕੇ ਜਦੋਂ ਪੂਰੇ ਗੁਰੂ ਨੂੰ ਗੁਰੂ ਧਾਰਨ ਕਰ ਲਓਗੇ ਨਾ, ਜਦੋਂ ਪੂਰਾ ਗੁਰੂ ਤੁਹਾਨੂੰ ਮਿਲ ਪਿਆ, ਜਦੋਂ ਉਹਨਾਂ ਦੇ ਦ੍ਰਿਸ਼ਟੇ ਦਰਸ਼ਨ ਕਰੋਗੇ ਨਾ ਔਰ ਉਹਨਾਂ ਨੂੰ ਗੁਰੂ ਧਾਰਨ ਕਰ ਲਓਗੇ, ਫਿਰ ਤੁਹਾਡਾ ਅਹੰਕਾਰ ਦਾ ਦੁੱਖ ਔਰ ਮਨੁੱਖਾ ਜੀਵਨ ਦੇ ਜਨਮ ਦਾ ਦੁੱਖ, ਇਹ ਸਾਰਾ ਤੁਹਾਡਾ ਫੇਰ ਨਿਵਿਰਤ ਹੋਵੇਗਾ। ਸਤਿਗੁਰ ਬਿਨਾਂ ਨਾ ਸ਼ਾਂਤੀ ਪਾਈ, ਸਤਿਗੁਰਾਂ ਤੋਂ ਬਿਨਾਂ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਯਾ ਤੇ ਬਨੋ ਸਿਖ ਹਿਤ ਦੇ, ਇਸ ਕਰਕੇ ਬਹੁਤਾ ਹਿਤ ਪ੍ਰੇਮ ਦੇ ਕੇ, ਪ੍ਰੇਮ ਦੀ ਭੇਟਾ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਦੇ ਸਿੱਖ ਬਣੋ, ਉਹਨਾਂ ਤੋਂ ਸ਼ਾਂਤੀ ਦੀ ਦਾਤ ਪ੍ਰਾਪਤ ਕਰਿਓ। ਇੱਕ ਵੇਦ ਜਪ ਧਾਰੋ, ਇੱਕ ਇੱਕ ਵੇਦ ਚਾਰ ਚਾਰ ਬਪ ਸਰੀਰ ਮਨੁੱਖਾ ਜਾਮੇ ਵਿੱਚ ਧਾਰੇਗਾ। ਬ੍ਰਹਮਾ ਤੁਮ ਸੰਗ ਨਰ ਤਨ ਪਾਏ, ਬ੍ਰਹਮਾ ਨੂੰ ਵੀ ਤੁਹਾਡੇ ਨਾਲ ਹੀ ਮਨੁੱਖਾ ਤਨ ਮਿਲੇਗਾ, ਸਰੀਰ ਮਿਲੇਗਾ। ਜਿਹਨੇ ਵੇਦਾਂ ਦੀ ਬਾਣੀ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ, ਵੇਦ ਤਾਂ ਪਹਿਲਾਂ ਵੀ ਸੀ ਪਰ ਵੇਦਾਂ ਨੂੰ ਲਿਆਉਣ ਵਾਲਾ ਬ੍ਰਹਮਾ ਮੰਨਿਆ। ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ ਪੜ ਕਰੇ ਵਿਚਾਰੀ, ਵੇਦ ਪਹਿਲਾਂ ਹੀ ਸਨ। ਬ੍ਰਹਮਾ ਨੇ ਹੰਕਾਰ ਕਰ ਲਿਆ ਕਿ ਵੇਦ ਮੈਂ ਰਚੇ ਹੈ, ਪਰ ਵੇਦ ਦਿੱਤੇ ਗਏ ਆ, ਉਹ ਲਿਆਉਣ ਵਾਲਾ ਹੈ। ਗੁਰਬਾਣੀ ਵਿੱਚ ਇਸ ਗੱਲ ਦਾ ਨਿਰਣੇ ਕਰ ਦਿੱਤਾ ਹੈ ਸਤਿਗੁਰਾਂ ਨੇ। ਸੋ ਭਾਈ, ਇਹ ਬ੍ਰਹਮਾ ਜਿਹੜਾ ਇਹ ਵੀ ਮਨੁੱਖਾ ਤਨ ਪਾਵੇਗਾ, ਇਹਨੇ ਵੀ ਹੰਕਾਰ ਕੀਤਾ ਕਿ ਮੈਂ ਵੇਦ ਪ੍ਰਗਟ ਕੀਤੇ ਆ। ਰਸਿਕ ਸਦਾ ਹੋਤ ਜਿਤ ਕਿਤ ਇਹ, ਵੱਡਾ ਹੈ ਇਹ ਤੁਹਾਡੀ ਜਿੱਥੇ ਕਿੱਥੇ ਰੱਖਿਆ ਵੀ ਕਰੇਗਾ ਨਾਲ ਜਾ ਕੇ। ਗੁਰੂ ਵਿਘਨ ਸਕਲ ਬਿਨ ਸਾਏ, ਤੁਹਾਨੂੰ ਆਉਣ ਵਾਲੇ ਜਿਹੜੇ ਵਿਘਨ ਹੋਣਗੇ ਉਹ ਸਾਰੇ ਦੂਰ ਕਰੇਗਾ, ਤੁਹਾਡੀ ਸਹਾਇਤਾ ਕਰੇਗਾ। ਗਗਨ ਗਿਰਾ ਇਮ ਕਹਿਓ ਮੋਨਪੁਰ, ਇਹ ਆਕਾਸ਼ ਬਾਣੀ ਹੋਈ ਤਾਂ ਸਾਧ ਸੰਗਤ ਜੀ ਇਹ ਬਚਨ ਕਹਿ ਕੇ ਆਕਾਸ਼ ਬਾਣੀ ਵਾਹਿਗੁਰੂ ਪਰਮੇਸ਼ਰ ਦੀ ਚੁੱਪ ਹੋ ਗਈ। ਵਾਹਿਗੁਰੂ ਪਰਮੇਸ਼ਰ ਦੀ ਇਹ ਲੇਖ ਹੈ ਸਾਧ ਸੰਗਤ ਜੀ, ਆਕਾਸ਼ ਬਾਣੀ ਜਦੋਂ ਉਹ ਚਾਹੁੰਦਾ ਹੈ ਉਹ ਆਪਣੀ ਮੌਤ ਦੇ ਵਿੱਚ ਜੀਵਾਂ ਦੇ ਭਲੇ ਲਈ, ਭਗਤਾਂ ਦੇ ਭਲੇ ਲਈ, ਦੁਖੀਆਂ ਦੇ ਦੁੱਖ ਦੂਰ ਕਰਨ ਲਈ ਆਕਾਸ਼ ਬਾਣੀ ਵੀ ਕਈ ਵਾਰੀ ਕਰਕੇ ਆਪ ਜੀਵਾਂ ਨੂੰ ਹੁਕਮਾਂ ਵਾਕਿਆ ਦੇ ਦਿੰਦਾ, ਦਰਸ਼ਨ ਨਹੀਂ ਦਿੰਦਾ, ਆਕਾਸ਼ ਬਾਣੀ ਦੁਆਰੇ ਬੰਦੇ ਨੂੰ ਸਮਝਾ ਦਿੰਦਾ ਕਈ ਵਾਰੀ। ਇਸ ਕਰਕੇ ਆਕਾਸ਼ ਬਾਣੀ ਹੋਈ ਔਰ ਵਾਹਿਗੁਰੂ ਪਰਮੇਸ਼ਰ ਦੀ ਇਹ ਆਕਾਸ਼ ਬਾਣੀ ਹੋਣ ਤੋਂ ਬਾਅਦ ਮੌਨ ਵਰਤ ਗਈ, ਉਸੇ ਵਕਤ ਸ਼ਾਂਤੀ ਵਰਤ ਗਈ, ਭਾਵ ਚੁੱਪ ਛਾ ਗਈ ਚਾਰੇ ਪਾਸੇ। ਸੁਣ ਕੇ ਬੜੇ ਹੈਰਾਨ ਹੋ ਗਏ ਮਨ ਵਿੱਚ, ਕਮਲ ਜਸਤ ਵਿਚਰਨ ਕਰਕੇ, ਵਿਚਾਰਨ ਕਰਕੇ ਇਹਨਾਂ ਨੇ ਬ੍ਰਹਮਾ ਸਮੇਤ ਬੈਠ ਕੇ ਵਿਚਾਰ ਕੀਤੀ ਆਪਸ ਵਿੱਚ। ਅਵਤਰੇ ਸਰੂਪ ਬਣਾਏ, ਕਹਿੰਦੇ ਹੁਣ ਤਾਂ ਜਾਣਾ ਪਵੇਗਾ ਸਿੱਧ ਧਰਤੀ ਦੇ ਉੱਤੇ। ਕਿਉਂ ਭਾਈ, ਫਿਰ ਚਾਰੇ ਵੇਦਾਂ ਦੇ ਚਾਰ ਚਾਰ ਅੱਗੇ ਰੂਪ ਧਰਤੀ ਦੇ ਉੱਤੇ ਆ ਕੇ ਪੈਦਾ ਹੋਏ, ਉਤਾਰੇ ਉਤਾਰ ਲਿਆ ਇਹਨਾਂ ਨੇ। ਇੱਕ ਵੇਦ ਚਤੁਰ ਬਪ ਧਾਰੇ, ਇੱਕ ਵੇਦ ਨੇ ਚਾਰ ਚਾਰ ਸਰੀਰ ਧਾਰੇ ਆਏ। ਪ੍ਰਗਟ ਨਾਮ ਤਿਨ ਕਹੋ ਅਸੰਸ, ਉਹਨਾਂ ਸਾਰਿਆਂ ਦੇ ਨਾਮ ਤੁਹਾਨੂੰ ਭਾਈ ਸਾਹਿਬ ਕਹਿੰਦੇ ਪ੍ਰਸਿੱਧ ਜੋ ਨਾਮ ਹੈ ਤੁਹਾਨੂੰ ਕਹਿ ਕੇ ਦੱਸਦੇ ਹਾਂ, ਸੁਣੋ। ਪੂਰਨ ਸ਼ਬਦ ਵੇਦ ਕੇ ਇਹ ਭੇਦ,
सुनो मथुरा जालप बाल सर बाल सहर बंस मथुरा मथुरा जी का जिक्र आया ना पटा दे सवैया विच ए श्याम वेद दा अवतार हन चारे एक मथुरा है दूजा जालप भट्ट है तीजा बल है चौथा हरबंस है ए चार भट्ट जेड़े है ए श्याम वेद दा अवतार मन्ने हन उमर एक वेद काल जल नानक त्रै और फिर एक वेद जेड़ा ऋग वेद है ओदे विचार के रूप चार पैदा होए कल जल और नल ए त्रै हन तीन हन कल सहार चौथा किन अंश चौथो किन अंश कल सहार चौथा यूं ए चार अंश भाव चार जेड़े रूप पैदा होए ए ऋग वेद दा अवतार मन्ने आए भए जगत के टल सल पौना यूं जुग वेद है जेड़ा ओदा टल अते सल जल पल उपजे तज दंस और जल ते पल ए सारे ब्राह्मणा दी वंश विच पैदा होए चारे ए जुग वेद दा अवतार मन्ने टल सल जल और पल और अथर गुण दा सर कीरत ए अथर्वण जेड़ा वेद है ओदे विचार ही अगे पैदा होए एक दास है एक कीर्त है दो हन गिन गयंद सद रंग सुचार तीजा ग्यंद चौथा सद रंग ए चार अथर्वण वेद दा अवतार मन्ने है जो पैदा होए है होए ब्राह्मणा दे घर विच हम सारे कमला सको भिखा नाम सो ए सोलह हो गए सात संगी और सतारवां जेड़ा ब्राह्मण कमलासन कहंदे आ ब्राह्मण ब्रह्मा दा अवतार जेड़ा पैदा होया ओदा नाम भिखा सी भिखे दी बाणी भी आउंदी है महाराज जी दे सवैयां विच भट्टां दे सवैयां विच ਉਹ ਸਤਾਰ ਵਾਲੇ ਭਿੱਖਾ ਪੈਦਾ ਹੋਇਆ ਤਿੰਨ ਸਭ ਤੇ ਪਾਤ ਕੇ ਉਦਾਰ ਇਹ ਸਾਰਿਆਂ ਵਿੱਚੋਂ ਵੱਡਾ ਹੋਇਆ ਭਿੱਖਾ ਜਿਹੜਾ ਇਹਨਾਂ ਦਾ ਮੁਖੀ ਸੀ ਬਾਕੀ ਸਾਰੇ ਇਸ ਤੋਂ ਥੱਲੇ ਹੋਏ ਆ ਇੱਕ ਇੱਕ ਵੇਦ ਦੇ ਚਾਰ ਚਾਰ ਅਵਤਾਰ ਕਈ ਵਿਦਵਾਨਾਂ ਨੇ 11 ਭੱਟ ਮੰਨੇ ਆ ਭਾਈ ਉਹਨਾਂ ਦੀ ਖੋਜ ਜਿਹੜੀ ਆ ਅਧੂਰੀ ਹੈ ਉਹਨਾਂ ਨੇ ਆਪਣੇ ਖਿਆਲ ਮੁਤਾਬਕ ਇਸ ਗੱਲ ਨੂੰ ਕਲਪ ਲਿਆ ਕਿ 11 ਭੱਟ ਹੋਏ ਨੇ 17 ਹੋਏ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੱਟਾਂ ਦੇ ਸਮਈਆਂ ਵਿੱਚ ਇਹ ਸਾਰਾ ਜ਼ਿਕਰ ਇਹਨਾਂ 17 ਦਾ ਆ ਚੁੱਕਾ ਹੈ ਕਈਆਂ ਨੇ ਤੋਂ ਵੱਧ ਵੀ ਮੰਨੇ ਆ ਪਰ ਨਹੀਂ ਇਹ 17 ਭੱਟ ਹੋਏ ਹਨ ਪੂਰੇ ਪਰ ਸਰੀਰ ਭਾਟ ਪਈ ਸੰਗਿਆ ਔਰ ਬ੍ਰਾਹਮਣਾਂ ਦਾ ਸਰੀਰ ਹੋਇਆ ਇਹਨਾਂ ਦਾ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਹੋਇਆ ਭਾਟ ਇਹਨਾਂ ਦੀ ਸੰਗਿਆ ਹੋਈ ਭਾਟ ਇਹਨਾਂ ਨੂੰ ਭੱਟ ਕਿਹਾ ਗਿਆ ਭੱਟ ਉਸਤਤ ਕਰਨ ਵਾਲੇ ਗਾਉਣ ਵਾਲੇ ਇਸ ਕਰਕੇ ਸਾਧ ਸੰਗੀ ਇਹਨਾਂ ਨੂੰ ਭੱਟ ਕਿਹਾ ਗਿਆ ਹੈ ਵੱਡੇ ਵੈਸ ਮੈਂ ਭੈ ਭੇਤ ਸਾਰ ਵੱਡੀ ਉਮਰ ਹੋਈ ਤਾਂ ਇੱਕੋ ਜੀ ਉਮਰ ਹੋਈ ਇਹਨਾਂ ਸਤਾਰਾਂ ਦੀ ਹੋਏ ਇਕੱਤਰ ਲੱਗੇ ਗੁਰ ਖੋਜਣ ਇਹ ਉਹ ਇਕੱਠੇ ਹੋ ਕੇ ਸ਼ਾਂਤੀ ਦੀ ਢੂੰਡ ਲਈ ਪੂਰੇ ਗੁਰੂ ਦੀ ਖੋਜ ਕਰਨ ਲੱਗ ਪਏ ਆ ਕਾਸ਼ੀ ਵਿੱਚੋਂ ਚੱਲ ਪਏ ਆ ਕਾਸ਼ੀ ਵਿੱਚ ਇਹਨਾਂ ਦੇ ਅਵਤਾਰ ਹੋਏ ਆ ਦੇਸ਼ ਵਿਦੇਸ਼ਨ ਮੈਂ ਹਿਤਧਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤਾ ਹਿੱਤ ਧਾਰ ਕੇ ਸਾਧ ਸੰਗਤੀ ਪ੍ਰੇਮ ਭਾਰ ਕੇ ਮਨ ਵਿੱਚ ਪੂਰੇ ਗੁਰੂ ਦੀ ਖੋਜ ਕਰਨ ਲੱਗੇ ਹਨ ਪੰਥ ਜਿੱਤੇ ਜਗ ਵੇਖਿਆ ਪ੍ਰਗਟੇ ਜਿੰਨੇ ਵੀ ਪੰਥ ਜਗਤ ਦੇ ਵਿੱਚ ਚੱਲਦੇ ਸਨ ਸੰਸਾਰ ਵਿੱਚ ਜਿੰਨੇ ਵੀ ਪੰਥ ਜੋ ਵੀ ਪ੍ਰਵਿਰਤ ਸਨ ਸਾਰੇ ਸਭ ਕੇ ਨਿਕਟ ਕਰਤ ਪ੍ਰਸਥਾਨ ਸਾਰੇ ਦੇ ਕੋਲੇ ਜਾ ਜਾ ਕੇ ਇਹਨਾਂ ਨੇ ਪਹੁੰਚਣਾ ਕੀਤਾ ਪਹੁੰਚ ਕੀਤੀ ਹੈ ਗਿਰੀ ਪੁਰੀ ਆਦਿਕ ਸੰਨਿਆਸੀ ਸੰਨਿਆਸੀਆਂ ਦੇ ਪਾਸ ਵੀ ਗਏ ਗਿਰੀ ਅਤੇ ਪੁਰੀ ਇਹ ਸੰਨਿਆਸੀਆਂ ਦੇ ਸਾਧ ਸੰਗਤ ਜੀ ਮਹਾਤਮਾ ਜਾਂ ਉਹਨਾਂ ਦੀਆਂ ਵੱਖ ਵੱਖ ਸੰਪਰਦਾਵਾਂ ਮੰਨੀਆਂ ਜਾਂਦੀਆਂ ਹਨ ਕਿਉਂ ਸੰਨਿਆਸੀਆਂ ਦੇ ਗਿਰੀਆਂ ਪੁਰੀਆਂ ਦੇ ਪਾਸ ਵੀ ਗਏ ਆ ਸੰਨਿਆਸੀਆਂ ਦੇ ਪਾਸ ਬਹੁਤਾ ਹਿੱਤ ਠਾਮ ਕਰਕੇ ਬਹੁਤਾ ਹਿੱਤ ਬਹੁਤਾ ਪ੍ਰੇਮ ਅਤੇ ਸ਼ਰਧਾ ਧਾਰ ਕੇ ਉਹਨਾਂ ਤੋਂ ਵੀ ਬਚਨ ਸੁਣਦੇ ਰਹੇ ਸ਼ਾਂਤੀ ਲਈ ਯੋਗ ਅਭਿਆਸੀ ਯਾਰ ਕਰ ਪਾਟੇ ਯੋਗ ਅਭਿਆਸੀ ਜਿਹੜੇ ਯੋਗ ਅਭਿਆਸ ਕਰਨ ਵਾਲੇ ਪ੍ਰਾਣਾ ਜਾਮੀ ਅਤੇ ਕੰਨ ਪਾਟੇ ਜੋ ਕਿ ਕੰਨਾਂ ਵਿੱਚ ਕੁੰਡਲ ਪਾਉਣ ਵਾਲੇ ਐਸੇ ਸਾਧ ਦੋਨੋਂ ਢੰਗੀ ਸੰਤ ਮਹਾਨ ਇਹਨਾਂ ਸਾਰਿਆਂ ਦੇ ਕੋਲੇ ਜੋਗੀਆਂ ਤੇ ਕੰਨ
ਨਾਨਕ ਪਾਤਸ਼ਾਹ ਕੋਲੇ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਗਾਣਾ ਕੀਤਾ ਜੋ ਵੱਡੇ ਵੱਡੇ ਸਨ ਬ੍ਰਹਮਚਾਰੀ ਤਪਸੀ ਬੈਰਾਗੀ ਬ੍ਰਹਮਚਾਰੀ ਔਰ ਤਪਸਵੀ ਅਤੇ ਬੈਰਾਗੀ ਜਿਹੜੇ ਸਨ ਅਬਰ ਕਿਤਕ ਤੋ ਕਰਾ ਬਖਾਨ ਹੋਰ ਕਿੰਨੇ ਅੰਕ ਦਾ ਬਖਿਆਨ ਕਰੀਏ ਕਹਿੰਦੇ ਭਾਵ ਕੋਈ ਇਹੋ ਜਿਹੀ ਥਾਂ ਨਹੀਂ ਛੱਡੇ ਜਿੱਥੇ ਮਨ ਦੀ ਸ਼ਾਂਤੀ ਲਈ ਚੱਲ ਕੇ ਨਹੀਂ ਪੈਂਦਾ ਇੱਥੇ ਵੀ ਜਾਈਏ ਇੱਥੇ ਵੀ ਜਾਈਏ ਪਰ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਸ਼ਾਂਤੀ ਦੀ ਦੌੜ ਲਈ ਸ਼ਾਂਤੀ ਦੀ ਖੋਜ ਨੂੰ ਲੱਗਦੇ ਫਿਰਦੇ ਆ ਕਿ ਸ਼ਾਂਤੀ ਮਿਲ ਜਾਏ ਜਗ ਖੋਜ ਤੋਂ ਇਹ ਸੰਸਾਰ ਨੂੰ ਲੱਭਦੇ ਹੋਏ ਇੱਕ ਸਾਲ ਤੱਕ ਇਹਨਾਂ ਨੇ ਰਟਨ ਕੀਤਾ ਇੱਕ ਸਾਲ ਤੱਕ ਭਰਮਣ ਕੀਤਾ ਸਾਰੀ ਧਰਤੀ ਦਾ ਇਹਨਾਂ ਨੇ ਸਾਧਕ ਪਰਲੋਕ ਉਦਾਰ ਜਿਹੜੇ ਸਾਧਕ ਭਾਵ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਨ ਵਾਲੇ ਸਨ ਔਰ ਪ੍ਰਲੋਕ ਦੇ ਵਿੱਚ ਪ੍ਰਲੋਕ ਦੇ ਸਾਧਨ ਮੁਕਤੀ ਦੇ ਸਾਧਨ ਸੰਸਾਰ ਤੋਂ ਨਾ ਮੁਕਤ ਹੋਣ ਦੇ ਜਿਹੜੇ ਸਾਧਨ ਕਰਦੇ ਤਪੱਸਿਆ ਕਰਦੇ ਭਗਤੀ ਕਰਦੇ ਵੱਡੇ ਵੱਡੇ ਇਹੋ ਜਿਹੇ ਸਾਧਕਾਂ ਕੋਲੇ ਤਪੱਸੀਆਂ ਕੋਲੇ ਇਹਨਾਂ ਨੇ ਮਨ ਦੀ ਸ਼ਾਂਤ ਲਈ ਗਾਣਾ ਕੀਤਾ ਉਹਨਾਂ ਦੀ ਸੰਗਤ ਵਿੱਚ ਗਾਣਾ ਕੀਤਾ ਸਹਿਜ ਬਚਨ ਸ਼ਾਂਤ ਸੇ ਚਿਤ ਕੋ ਔਰ ਹਰ ਇੱਕ ਨੂੰ ਇਹੋ ਹੀ ਬਚਨ ਕਰਦੇ ਕਿ ਮਹਾਰਾਜ ਸਾਡਾ ਚਿੱਤ ਬੜਾ ਭਟਕਦਾ ਰਹਿੰਦਾ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਸਾਨੂੰ ਸ਼ਾਂਤੀ ਦਾ ਦਾਨ ਦਿਓ ਹਰ ਇੱਕ ਦੇ ਅੱਗੇ ਜਾ ਕੇ ਇਹੀ ਮਨ ਦੀ ਸ਼ਾਂਤੀ ਲਈ ਬੇਨਤੀ ਕਰਦੇ ਰਹੇ ਐਸੋ ਕਤੋਂ ਨਹੀਂ ਵਿਹਾਰ ਪਰ ਇਹੋ ਜਿਹਾ ਕਿਤੋਂ ਵੀ ਨਜ਼ਰ ਨਹੀਂ ਆਇਆ ਜਿਹੜਾ ਇਹਨਾਂ ਦੇ ਚਿੱਤ ਨੂੰ ਮਨ ਨੂੰ ਸ਼ਾਂਤੀ ਦੇ ਦਿੰਦਾ ਦੇਸ਼ ਵਿਦੇਸ਼ਨ ਸਗਲੇ ਫਿਰ ਕਰ ਦੇਸ਼ਾਂ ਅਤੇ ਪ੍ਰਦੇਸ਼ਾਂ ਚ ਫਿਰ ਫਿਰ ਕੇ ਉਦਾਸ ਗਏ ਜਬ ਹਾਰ ਜਦੋਂ ਹਾਰ ਹਮ ਕੇ ਥੱਕ ਗਏ ਫਿਰ ਮਨ ਬਹੁਤ ਉਦਾਸ ਹੋ ਗਿਆ ਕਿ ਕੋਈ ਸ਼ਾਂਤੀ ਵਾਲਾ ਸਾਧੂ ਮਹਾਤਮਾ ਜੋਗੀ ਤਪੱਸੀ ਕੋਈ ਨਜ਼ਰ ਹੀ ਨਹੀਂ ਆਇਆ ਜਿਹਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆ ਜਾਏ ਟਿਕਾ ਆ ਜਾਏ ਮਨ ਦੀ ਭਟਕਣਾ ਮੁੱਕ ਜਾਏ ਉਤਰੋ ਗਰਭ ਅਹੰ ਜਗ ਮਹ ਉਦੋਂ ਭਾਈ ਫਿਰ ਇਹਨਾਂ ਦਾ ਹੰਕਾਰ ਲੈ ਗਿਆ ਮਨ ਵਿੱਚ ਕਿ ਉਹ ਅਸੀਂ ਤਾਂ ਸੰਸਾਰ ਵਿੱਚ ਆ ਗਏ ਸਾਨੂੰ ਤਾਂ ਇੱਕ ਸ਼ਾਂਤੀ ਨਹੀਂ ਲੱਭੀ ਲੱਭ ਲੱਭ ਕੇ ਥੱਕ ਗਏ ਹਾਂ ਦੇਖੋ ਬਿਨਾਂ ਵਿਕਾਰ ਕਹਿੰਦੇ ਜਗ ਵਿੱਚ ਲੱਭਦਿਆਂ ਫਿਰਦਿਆਂ ਦੇਖ ਲਿਆ ਕੋਈ ਵੀ ਐਸਾ ਨਜ਼ਰ ਨਹੀਂ ਆਇਆ ਜਿਹਦੇ ਵਿੱਚ ਵਿਕਾਰ ਨਾ ਹੋਣ ਦੋਸ਼ ਨਾ ਹੋਣ ਜਿਹੜਾ ਆਪ ਸ਼ਾਂਤੀ ਦਾ ਐਨ ਪੂਰਾ ਭਰਿਆ ਹੋਇਆ ਸ਼ਾਂਤੀ ਦਾ ਸੋਮਾ ਹੋਵੇ ਦੂਜਿਆਂ ਨੂੰ ਸ਼ਾਂਤ ਕਰ ਦੇਵੇ ਜਿਹਨੂੰ ਵੀ ਮਿਲਿਆ ਉਹਦੇ ਵਿੱਚ ਅੱਗੇ ਤੋਂ ਅੱਗੇ ਹੋਰ ਵਿਕਾਰ ਹੀ ਦੋਸ਼ ਹੀ ਗੁਨਾਹ ਹੀ ਨਜ਼ਰ ਆਏ ਹੈ ਸ਼ਾਂਤੀ ਨਹੀਂ ਕਿਤੋਂ ਨਜ਼ਰ ਆਈ ਨਾ ਮਿਲੀ ਹੈ ਜਾਂਦੇ ਸਤਿਗੁਰ ਸਭ ਤੇ ਦੀਰਕ ਇਸ ਕਰਕੇ ਸੱਚੇ ਸਤਿਗੁਰੂ ਹੀ ਸਭ ਤੋਂ ਵੱਡੇ ਹੈ ਜਿਨ ਕੇ ਮਿਲਤ ਸ਼ਾਂਤ ਚਿਤ ਪਾਏ ਜਿਨ ਮਿਲ ਕਰਕੇ ਚਿਤ ਨੂੰ ਸ਼ਾਂਤੀ ਪਾ ਸਕਦੇ ਹਾਂ ਮਿਲ ਸਕਦੀ ਹੈ ਬਿਨਾਂ ਗਰਭ ਤੇ ਸਰਬ ਭਏ ਜਬ ਜਦੋਂ ਬਿਨਾਂ ਹੰਕਾਰ ਤੋਂ ਸਾਰੇ ਹੋ ਗਏ ਨਾ ਮਨ ਵਿੱਚੋਂ ਹੰਕਾਰ ਦੀ ਮੈਲ ਪਰਮੇਸ਼ਰ ਜੀ ਨੇ ਕੱਟ ਦਿੱਤੀ ਦੂਰ ਹੋ ਗਈ ਸੁਦਾ ਸਰੋਵਰ ਕੀ ਦਸ਼ਾਏ ਫਿਰ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਇਹਨਾਂ ਨੇ ਸੁਣੀ ਇਹ ਸਤਿਗੁਰੂ ਜੀ ਦੇ ਦਰ ਤੇ ਜਾਣਾ ਪਵੇਗਾ ਸ਼ਾਂਤੀ ਦੇ ਫਿਰ ਇਹ ਵੇਦ ਸਤਾਰਾਂ ਭੱਟਾਂ ਦੇ ਰੂਪ ਵਿੱਚ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਤਰਫ ਜਿੱਥੇ ਅੰਮ੍ਰਿਤ ਸਰੋਵਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਦਿਸ਼ਾ ਨੂੰ ਇਹ ਚੱਲ ਕੇ ਇਸ ਤਰਫ ਨੂੰ ਕਾਸ਼ੀ ਤੋਂ ਆਏ ਹਨ ਮਹਿਮਾ ਸੁਣਤ ਅਨੇਕ ਲੋਕ ਵੇ ਅਨੇਕਾਂ ਲੋਕਾਂ ਤੋਂ ਸਤਿਗੁਰਾਂ ਦੀ ਮਹਿਮਾ ਸੁਣੀ ਇਹਨਾਂ ਨੇ ਸ੍ਰੀ ਅਰਜਨ ਸਤਿਗੁਰ ਸੁਖਦਾਇ ਭਾਈ ਸ਼ਾਂਤੀ ਅਤੇ ਸਾਰੇ ਸੁਖ ਦੇਣ ਵਾਲੇ ਤਾਂ ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਹਨ ਭਿੱਖੇ ਸਹਿਤ ਸਕਲ ਹੀ ਮਿਲ ਗਿਆ ਭਿੱਖੇ ਸਮੇਤ ਬ੍ਰਹਮਾ ਦਾ ਅਵਤਾਰ ਭਿੱਖਾ ਹੈ ਉਹਦੇ ਸਮੇਤ ਹੀ ਸਾਰਿਆਂ ਨੇ ਮਿਲ ਕੇ ਦਰਸ਼ਨ ਹਿੱਤ ਚਿਤ ਚੌਂਕ ਵਧਾਏ ਦਰਸ਼ਨਾਂ ਦੇ ਵਾਸਤੇ ਚਿੱਤ ਵਿੱਚ ਬਹੁਤ ਉਤਸ਼ਾਹ ਵਧਾ ਕੇ ਬਹੁਤ ਉਤਸ਼ਾਹ ਨਾਲ ਦਰਸ਼ਨ ਕਰਨ ਵਾਸਤੇ ਆਏ ਹੈ ਗੁਣ ਤੋਂ ਸੁਣਤ ਸ਼ਾਂਤ ਹੋਏ ਆਈ ਜਦੋਂ ਸਤਿਗੁਰਾਂ ਦੇ ਸ਼ੁਭ ਗੁਣ ਸੁਣੇ ਸਤਿਗੁਰਾਂ ਦੀ ਮਹਿਮਾ ਸੁਣੀ ਤਾਂ ਇਹਨਾਂ ਦੇ ਮਨ ਨੂੰ ਸਤਿਗੁਰਾਂ ਦੀ ਮਹਿਮਾ
ਸਾਧੂ ਪ੍ਰਾਣ ਦੇ ਗੁਣ ਸੁਣ ਕੇ ਮਨ ਨੂੰ ਸ਼ਾਂਤੀ ਆ ਗਈ ਟਿਕਾ ਆ ਗਿਆ ਸ੍ਰੀ ਅਰਜਨ ਕੋ ਸਿਮਰਤ ਨਾਮ ਜਦੋਂ ਵੀ ਧੰਨ ਗੁਰੂ ਅਰਜਨ ਦੇਵ ਜੀ ਦਾ ਨਾਮ ਲੈਂਦੇ ਆ ਨਾ ਉਦੋਂ ਹੀ ਮਨ ਵਿੱਚ ਸ਼ਾਂਤੀ ਆ ਜਾਂਦੀ ਉਦੋਂ ਹੀ ਮਨ ਵਿੱਚ ਟਿਕਾ ਆ ਜਾਂਦਾ ਜਦੋਂ ਗੁਰਸਿੱਖ ਦਸਾਂ ਪਾਤਸ਼ਾਹੀਆਂ ਦਾ ਨਾਮ ਲਵੇ ਉਦੋਂ ਹੀ ਮਨ ਟਿਕ ਜਾਏ ਤਾਂ ਸੰਤ ਨੂੰ ਸਤਿਗੁਰੂ ਦੀ ਕਿਰਪਾ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਬਤ ਪੁਰਾਣੇ ਸਿੰਘ ਇਸ ਤਰ੍ਹਾਂ ਬਚਨ ਦੱਸਦੇ ਆ ਕਿ ਕਥਾ ਕਰਨ ਤੋਂ ਬਾਅਦ ਘੰਟਿਆਂ ਬੁੱਧੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠ ਕੇ ਸਤਿਗੁਰਾਂ ਦੀ ਬਾਣੀ ਪੜ੍ਹਦੇ ਰਹਿੰਦੇ ਫਿਰ ਘੰਟਿਆਂ ਬੁੱਧੀ ਚੌਰ ਕਰਨਾ ਫਿਰ ਉਹਨਾਂ ਨੇ ਦਸਾਂ ਪਾਤਸ਼ਾਹੀਆਂ ਦੇ ਨਾਮ ਲੈਣੇ ਨਾਮ ਲੈਂਦਿਆਂ ਕਹਿਣਾ ਧੰਨ ਗੁਰੂ ਨਾਨਕ ਸਾਹਿਬ ਮੈਂ ਤੇਰਾ ਧੰਨ ਗੁਰੂ ਅੰਗਦ ਦੇਵ ਸਾਹਿਬ ਮੈਂ ਤੇਰਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਮੈਂ ਤੇਰਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੈਂ ਤੇਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੈਂ ਤੇਰਾ ਇਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਧੰਨ ਗੁਰੂ ਹਰਰਾਜ ਸਾਹਿਬ ਮੈਂ ਤੇਰਾ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੈਂ ਤੇਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਂ ਤੇਰਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੈਂ ਤੇਰਾ ਇਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਨਿਮਾਣਾ ਸੇਵਕ ਤੇਰੇ ਦਰ ਦਾ ਸੇਵਕ ਤੇਰਾ ਫਿਰ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਨਾਮ ਚਾਰੇ ਸਾਹਿਬਜ਼ਾਦਿਆਂ ਦੇ ਨਾਮ ਲੈ ਕੇ ਨਮਸਕਾਰਾਂ ਕਰਨੀਆਂ ਐਸੀ ਅਵਸਥਾ ਸਤਿਪੁਰਸ਼ਾਂ ਦੀ ਹੋਇਆ ਕਰਦੀ ਸੋ ਸਾਧ ਸੰਗਤ ਜੀ ਭਾਵਨਾ ਤੋਂ ਬਿਨਾਂ ਕੁਝ ਨਹੀਂ ਜੀਵਨ ਵਿੱਚ ਸ਼ਰਧਾ ਵਿਸ਼ਵਾਸ ਤੋਂ ਬਿਨਾਂ ਕੁਝ ਨਹੀਂ ਜੀਵਨ ਵਿੱਚ ਪ੍ਰਾਪਤ ਹੋ ਸਕਦਾ ਭਾਵਨਾ ਸ਼ਰਧਾ ਹੀ ਸਭ ਤੋਂ ਵੱਡੀ ਦਾਤ ਹੈ ਜੇ ਮਿਲ ਜਾਏ ਜੀਵਨ ਇਹ ਸੰਗਤ ਸ਼ਰਧਾ ਪੈਦਾ ਕਰਨ ਵਾਸਤੇ ਆਪਾਂ ਕਰਦੇ ਸੇਵਾ ਵੀ ਸ਼ਰਧਾ ਪੈਦਾ ਹੋ ਜਾਏ ਮਨ ਵਿੱਚ ਜਿਵੇਂ ਜਿਵੇਂ ਪ੍ਰੇਮ ਵਧੇ ਸੇਵਾ ਕਰਦਿਆਂ ਸਤਸੰਗਤ ਕਰਦਿਆਂ ਬਾਣੀ ਪੜ੍ਹਦਿਆਂ ਅੰਦਰੋਂ ਖਿੱਚ ਪੈਣ ਲੱਗ ਜਾਏ ਤਾਂ ਸਮਝ ਲਓ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਹੈ ਜੇ ਅੰਦਰੋਂ ਖਿੱਚ ਨਹੀਂ ਪੈਂਦੀ ਤਾਂ ਸਮਝ ਲਓ ਅਜੇ ਮਾੜੇ ਕਰਮਾਂ ਦੀ ਮੈਲ ਕੱਟਣ ਵਿੱਚ ਹੋਰ ਮਿਹਨਤ ਹੋਰ ਸਮਾਂ ਹੋਰ ਸਤਸੰਗ ਹੋਰ ਭਗਤੀ ਹੋਰ ਸੇਵਾ ਕਰਨੀ ਪਵੇਗੀ ਜੋ ਜੋ ਕੱਟੀ ਨੇ ਮੈਲ ਤਿਵੇਂ ਤਿਵੇਂ ਹਿਰਦੇ ਵਿੱਚ ਬਹੁਤ ਪ੍ਰੇਮ ਪੈਦਾ ਹੋਏ ਸੋ ਸਾਧ ਸੰਗਤ ਜੀ ਐਸੇ ਐਸੇ ਮਹਾਂਪੁਰਖ ਸਤਿਗੁਰੂ ਮਹਾਰਾਜ ਜੀ ਦਾ ਜਸ ਗਾਇਨ ਕਰਦੇ ਸਤਿਗੁਰਾਂ ਨੂੰ ਦਸ ਸਤਿਗੁਰਾਂ ਨੂੰ ਦਸਾਂ ਸਰੂਪਾਂ ਦਾ ਰੂਪ ਜਾਣ ਕੇ ਸਤਿਗੁਰਾਂ ਉੱਤੇ ਬੜੀ ਸ਼ਰਧਾ ਭਾਵਨਾ ਕਰਦੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਵੀ ਜਦੋਂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਉਹਨਾਂ ਨੇ ਬੈਠਣਾ ਤੇ ਕਥਾ ਕਰਨ ਤੋਂ ਉਪਰੰਤ ਉਹ ਭਾਈ ਉਹ ਵੀ ਸਹਿਜ ਪਾਠ ਇੱਕ ਮਹੀਨੇ ਦਾ ਇੱਕ ਨਿਤ ਨੇਮ ਤੋਂ ਬਿਨਾਂ ਜ਼ਰੂਰ ਕਰਿਆ ਕਰਦੇ ਉਹਨਾਂ ਨੇ ਵੀ ਰੁਮਾਲ ਪਾ ਕੇ ਦਸਾਂ ਪਾਤਸ਼ਾਹੀਆਂ ਦੇ ਪੰਜਾਂ ਪਿਆਰਿਆਂ ਦੇ ਚੌਂ ਸਾਹਿਬਜ਼ਾਦਿਆਂ ਦੇ ਬੜੇ ਸਤਿਕਾਰ ਨਾਲ ਚੌਰ ਕਰਦਿਆਂ ਆਪਣੇ ਮੂੰਹ ਵਿੱਚ ਨਾਮ ਲੈ ਪ੍ਰਕਰਮਾ ਕਰਦਿਆਂ ਹਰਿਮੰਦਰ ਸਾਹਿਬ ਦੀਆਂ ਦਸਾਂ ਸਤਿਗੁਰਾਂ ਦਾ ਧਿਆਨ ਭਰ ਕੇ ਸਤਿਗੁਰਾਂ ਦਾ ਨਾਮ ਲੈ ਕੇ ਪ੍ਰਕਰਮਾ ਕਰਨੀਆਂ ਸੋ ਭਾਈ ਇਹਨਾਂ ਸਤਿਪੁਰਸ਼ਾਂ ਦੀਆਂ ਐਸੀਆਂ ਕਮਾਈਆਂ ਐਸੀਆਂ ਘਾਲਣਾ ਅੱਜ ਉਹਨਾਂ ਦੀ ਮਹਿਮਾ ਦਾ ਹੀ ਗਾਇਨ ਹੋ ਰਿਹਾ ਸੰਸਾਰ ਦੇ ਅੰਦਰ ਸੋ ਉਹਨਾਂ ਨੇ ਭਾਵਨਾ ਰੱਖੀ ਸ਼ਰਧਾ ਰੱਖੀ ਭਰੋਸਾ ਰੱਖੀ ਸਤਿਗੁਰੂ ਦਾ ਨਾਮ ਲੈਂਦਿਆਂ ਸਿੱਖ ਦੇ ਮਨ ਵਿੱਚ ਸ਼ਾਂਤੀ ਆ ਜਾਵੇ ਜਦੋਂ ਸਿੱਖ ਕਹੇ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਨ ਠੰਡਾ ਠਾਰ ਸ਼ੀਤਲ ਹੋ ਜਾਵੇ ਸੋ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਕਿਉਂ ਜਦੋਂ ਜਦੋਂ ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਲੈਂਦੇ ਹੈ ਨਾ ਉਦੋਂ ਹੀ ਉਦੋਂ ਇਹਨਾਂ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਸੋ ਸਾਧ ਸੰਗਤ ਜੀ ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦੇ ਰਿਹਾ ਅਗਲੇ ਲੰਗਰ ਜਾ ਕੇ ਕਥਾ ਦੀ ਹਾਜ਼ਰੀ ਭਰਨੀ ਹੈ ਸੋ ਆਓ ਸਾਰੀਆਂ ਸੰਗਤਾਂ ਭਾਈ ਵੱਧ ਚੜ੍ਹ ਕੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ 6 ਜੂਨ ਦਾ ਸ਼ਹੀਦੀ ਜੋੜ ਮੇਲਾ ਬਹੁਤ ਨੇੜੇ ਆਣ ਢੁੱਕਿਆ ਹੈ 1 ਜੂਨ ਤੋਂ ਸ਼ਹੀਦੀ ਘੱਲੂਘਾਰੇ ਦੇ ਸਫ਼ਾ ਆਰੰਭ ਹੋ ਜਾਣੇ ਹੈ ਔਰ ਮਹਿਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਵਿਖੇ ਸ਼ਾਮ ਨੂੰ ਤੁਸੀਂ ਰੋਜ਼ ਪਹੁੰਚ ਕੇ 4 ਤੋਂ 6:30 ਵਜੇ ਤੱਕ 4 ਤੋਂ 5:15 ਵਜੇ ਤੱਕ ਹਰਿਮੰਦਰ ਸਾਹਿਬ ਜੀ ਦੇ ਰਾਗੀ ਜੱਥੇ ਕੀਰਤਨ ਕਰਿਆ ਕਰਨਗੇ। ਆਪਾਂ 4 ਵਜੇ ਪੂਰੇ ਪਹੁੰਚ ਗਿਆ ਕਰਨਾ, ਹਰਿਮੰਦਰ ਸਾਹਿਬ ਜੀ ਤੋਂ ਆਏ ਰਾਗੀ ਜੱਥਿਆਂ ਤੋਂ ਕੀਰਤਨ ਵੀ ਸੁਣਿਆ ਕਰਨਾ, ਫਿਰ ਕਥਾ ਵੀ ਸੁਣਨੀ ਹੈ। ਬਹੁਤ ਵੱਡੀ ਗੁਰਭਗਤੀ ਹੈ ਭਾਈ, ਔਰ ਸ਼ਹੀਦਾਂ ਦੇ ਚਰਨਾਂ 'ਚ ਸਾਡੀ ਹਾਜ਼ਰੀ ਲੱਗੇਗੀ, ਇਸ ਕਰਕੇ ਵੱਧ ਚੜ੍ਹ ਕੇ ਪਹੁੰਚਣਾ, ਸੇਵਾਵਾਂ ਵੀ ਆਪਾਂ ਕਰਨੀਆਂ। 6 ਜੂਨ ਨੂੰ ਸਾਰਾ ਦਿਨ ਉੱਤੇ ਹਾਜ਼ਰੀ ਵੀ ਦੇਣੀ ਹੈ, ਸਤਸੰਗਤ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ। ਇਹ ਵੇਖਦਿਆਂ ਤੁਸੀਂ ਸਾਰਿਆਂ ਨੇ ਪ੍ਰਵਾਨ ਕਰਨੀਆਂ, ਜਿਹਨਾਂ ਮਾਈਆਂ ਭਾਈਆਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਭਾਈ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ, ਜਿਹਨਾਂ ਨੇ ਕੇਸ ਕਟਾਏ ਸਾਫ ਕਸੂਰ ਕੇਸ ਰੱਖੋ, ਨਿੱਕੇ ਨਿੱਕੇ ਸਿੱਖ ਪਰਿਵਾਰਾਂ ਦੇ ਅੰਦਰ ਬੱਚਿਆਂ ਦੇ ਕੇਸ ਕੱਟਣ ਕਟਾਉਣ ਦਾ ਜੋ ਅੱਜ ਸਾਡੇ ਕੋਲੋਂ ਪਾਪ ਹੋ ਰਿਹਾ, ਇਸ ਪਾਪ ਤੋਂ ਸਾਰੀ ਕੌਮ ਨੂੰ ਬਚਣ ਦੀ ਲੋੜ ਹੈ ਭਾਈ। ਆਪਣੇ ਬੱਚਿਆਂ ਦੇ ਕੇਸ ਨਾ ਕੱਟੋ ਅਤੇ ਨਾ ਹੀ ਕਟਾਓ, ਬੱਚਿਆਂ ਦੇ ਕੇਸ ਸਾਫ ਰੱਖੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਸਾਰੇ ਨਗਰ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਮੁੱਚੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਦਾ, ਨਗਰ ਪੰਚਾਇਤ ਦਾ ਵੀ, ਤੁਸੀਂ ਹਰ ਸਾਲ ਸੇਵਾਵਾਂ 'ਚ ਬਹੁਤ ਵੱਡਾ ਯੋਗਦਾਨ ਪਾਉਂਦੇ ਹੋ, ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ। ਸਰਦਾਰ ਤਰਲੋਕ ਸਿੰਘ ਜੀ ਬਾਠ ਪਹੁੰਚੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ। ਹੁਣ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਬੇਨਤੀਆਂ ਕਰਨਗੇ, ਉਹ ਬੇਨਤੀਆਂ ਧਿਆਨ ਨਾਲ ਸੁਣੀਆਂ ਹਨ। ਅਰਦਾਸ ਵਿੱਚ ਹਾਜ਼ਰੀ ਭਰ ਕੇ ਸ਼੍ਰੀ ਮੁਖਵਾਕ ਸੁਣ ਕੇ ਦੇਖ ਲੈ ਜੇ, ਲੰਗਰ ਛਕ ਕੇ ਘਰਾਂ ਨੂੰ ਫੇਰ ਜਾਣਾ। ਸਾਰੀ ਸੰਗਤ ਇਸੇ ਤਰ੍ਹਾਂ ਮਹਾਰਾਜ ਜੀ ਦੇ ਸਤਿਕਾਰ ਲਈ ਬੈਠੀ ਰਹੇ, ਕੇਵਲ ਜਥੇ ਤੇ ਸਿੰਘ ਅਰਦਾਸ ਨਾਲ ਜਾਣ ਕੇ ਬਾਕੀ ਸੰਗਤ ਨਾ ਉੱਠੇ, ਇਹ ਬੇਨਤੀ ਪ੍ਰਵਾਨ ਕਰਨੀ। ਸਾਰੇ ਪੱਤਰਕਾਰ ਵੀਰ ਆਏ ਆ, ਇਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ, ਫਿਰ ਸਾਰੀ ਸੰਗਤ ਦਾ ਧੰਨਵਾਦ। ਭੁੱਲਾ ਚੁੱਕਾ ਕਿਵਾਂ ਕਰਨੀਆਂ, ਬਿਨਾਂ ਗਰਭ ਤੇ ਸਰਪ ਭਏ ਜਦ ਸੁਧ ਸਰੋਵਰ ਕੀ ਦਿਸਿਆ, ਸਰੋਵਰ ਕੀ ਦਿਸਿਆ ਸੁੰਦਰ ਅਨੇਕ ਲੋਕ ਤੇ ਸ੍ਰੀ ਅਰਜਨ ਸਤਿਗੁਰ ਸੁਖਦਾਏ। ਵਾਹਿਗੁਰੂ ਜੀ ਕਾ